ਇਹ ਜੀਬ ਬਿਆਨ ਦੇ ਦਿੱਤਾ ਸਮ੍ਰਿਤੀ ਹਰਾਨੀ ਹੁਣਾਂ ਨੇ ਉਹਨਾਂ ਨੇ ਤਾਂ ਹੈਂਡੀਕੈਪ ਲੋਕਾਂ ਦਾ ਵੀ ਸਤਿਕਾਰ ਨਹੀਂ ਕੀਤਾ ਤੇ ਜੋ ਉਹਨਾਂ ਦੀ ਸੋਚ ਿਆ ਔਰਤਾਂ ਦੇ ਪ੍ਰਤੀ ਇੱਕ ਮੈਂ ਕਿੰਨੀ ਚਾਹੇ ਮਰਦਿਆਂ ਚਾਹੇ ਔਰਤਾਂ ਉਹਨੂੰ ਉਲਟੀਆਂ ਲੱਗੀਆਂ ਉਹਦਾ ਪੇਟ ਦੁਖਦਾ ਉਹਨੂੰ ਬੁਖਾਰ ਚੜਿਆ ਫਿਰ ਤਾਂ ਕਿਸੇ ਨੂੰ ਵੀ ਛੁੱਟੀ ਵੀ ਹੋਣੀ ਚਾਹੀਦੀ ਸਕੂਲਾਂ ਕਾਲਜਾਂ ਦਫ਼ਤਰਾਂ ਹਰ ਜਗ੍ਹਾ ਤੋਂ ਸਿੱਕਲੀ ਵੀ ਬੰਦ ਕਰ ਦੇਣੀ ਚਾਹੀਦੀ ਮੈਂ ਨਾ ਕਮੈਂਟ ਪੜ੍ਹ ਰਹੀ ਸੀ ਤੇ ਮੈਂ ਦੇਖਿਆ ਉੱਥੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਟੀਵੀ ਸੀਰੀਅਲ ਵਾਲਿਆਂ ਨੂੰ ਤੁਸੀਂ ਅਗਰ ਮੰਤਰੀ ਬਣਾਓਗੇ ਤੇ ਆਹੀ ਹਾਲ ਹੋਏਗਾ ਤੇ ਹੈਂਡੀਕੈਪ ਲੋਕਾਂ ਦੀ ਗੱਲ ਕਰਾਂ ਤੇ ਉਹ ਸਾਡੇ ਨਾਲੋਂ ਜ਼ਿਆਦਾ ਮਿਹਨਤ ਕਰਦੇ ਨੇ ਉਹ ਕਮਜ਼ੋਰ ਨਹੀਂ ਹੈ ਮੈਂ ਇੱਕ ਕਮੈਂਟ ਪੜ੍ਹ ਰਹੀ ਸੀ ਉਹਦੇ ਵਿੱਚ ਇੱਕ ਲੜਕੇ ਨੇ ਲਿਖਿਆ ਹੋਇਆ ਉਦਾਂ ਤੋਂ ਤੁਸੀਂ ਬਰਾਬਰ ਦੀਆਂ ਗੱਲਾਂ ਕਰ ਦੀਆਂ ਰਿੰਦੀਆਂ ਉਦੋਂ ਤਾਂ ਤੁਹਾਨੂੰ ਬਰਾਬਰ ਦੇ ਹੱਕ ਚਾਹੀਦੇ ਆ ਇਹ ਕੀ ਆ ਤੁਸੀਂ ਇਹ ਕਿਦਾਂ ਚੱਲ ਨਹੀਂ ਸਕਦੀਆਂ ਮੈਂ ਹੈਰਾਨ ਆ ਇਹਦੇ ਵਿੱਚ ਬਰਾਬਰਤਾ ਦੀ ਕੋਈ ਗੱਲ ਹੈ ਹੀ ਨਹੀਂ ਔਰਤ ਮਰਦ ਇੱਕੋ ਜਿਹਾ ਨਹੀਂ ਹੈ ਕਿ ਇਹ ਤਾਂ ਮਸਲਾ ਹੀ ਨਹੀਂ ਹੈ ਮਸਲਾ ਤਾਂ ਹੈ ਇੱਕ ਮਰਦ ਨੂੰ ਵੀ ਬੁਖਾਰ ਹੋਏਗਾ ਨਾ ਉਹ ਵੀ ਛੁੱਟੀ ਲੈਂਦਾ ਇੱਕ ਮਰਦ ਦੇ ਪੇਟ 'ਚ ਦਰਦ ਹੁੰਦੀ ਹੈ ਉਸ ਨੂੰ ਵੀ ਹਸਪੀਟਲਾਈਜ਼ਡ ਹੋਣਾ ਪੈਂਦਾ ਸੋ ਇਸ ਗੱਲ ਨੂੰ ਮਰਦ ਔਰਤ ਦੀ ਬਰਾਬਰਤਾ ਦੇ ਨਾਲ ਨਾ ਦੇਖ ਕੇ ਉਸ ਹੁੰਦੇ ਦਰਦ ਨੂੰ ਸਮਝਿਆ ਜਾਵੇ ਤੇ ਇਸ ਇਦਾਂ ਦੇ ਇਦਾਂ ਦੇ ਉਹਨਾਂ ਦੇ ਬਿਆਨ ਦੀ ਜਿਹੜੀ ਨਿੰਦਿਆ ਜਿੰਨੀ ਕੀਤੀ ਜਾਵੇ ਨਾ ਓਨੀ ਘਟ ਹੈ ਸੋਸ਼ਲ ਮੀਡੀਆ ਤੇ ਤਾਂ ਅੱਜਕੱਲ ਚੰਗੀਆਂ ਗੱਲਾਂ ਵਾਲੇ ਘੱਟ ਤੇ ਪੁੱਠੀਆਂ ਗੱਲਾਂ ਕਰਨ ਵਾਲੇ ਜ਼ਿਆਦਾ ਹਿੱਟ ਹੁੰਦੇ ਨੇ ਬਿਲਕੁਲ ਸੋਸ਼ਲ ਮੀਡੀਆ ਦੀ ਗੱਲ ਦੇ ਨਾਲ ਦੇ ਨਾਲ ਮੈਂ ਇੱਕ ਗੱਲ ਕਹਾਂ ਹਰ ਫੀਲਡ ਦਾ ਨਾ ਇੱਕ ਆਪਣਾ ਵੱਖਰਾ ਪ੍ਰੈਸ਼ਰ ਹੈ ਸੋ ਚੁਗਲੀ ਸੈਂਟਰ ਦੇ ਵਿੱਚ ਅੱਜ ਅਸੀਂ ਹੋਰ ਵੀ ਕਈ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਕਰੀਏ ਫਿਰ ਸ਼ੁਰੂ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਪ੍ਰੋਗਰਾਮ ਚੁਗਲੀ ਸੈਂਟਰ ਮੈਂ ਤੁਹਾਡੇ ਨਾਲ ਬਰुण ਕੌਰਮਾਨ ਤੇ ਮੇਰੇ ਨਾਲ ਸਰਬੀ ਤੇ ਸਰਬੀ ਹਾਂਜੀ ਮੈਂ ਬਹੁਤ ਬੋਰ ਹੋ ਰਹੀ ਹਾਂ ਕਿਉਂ ਤਾਂ ਹੀ ਤਾਂ ਮੇਨਾਂ ਜ਼ਿਆਦਾ ਬੋਲੀ ਨਾ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਹਾਂ ਤੁਸੀਂ ਬੋਰ ਹੋ ਰਹੇ ਤੁਸੀਂ ਸੋਚਿਆ ਹੋਣਾ ਕਿ ਮੈਂ ਬੋਲ ਕੇ ਆਪਣੀ ਬੋਰਿਅਤ ਖਤਮ ਕਰਦਾ ਪਰ ਐਦਾਂ ਬਿਲਕੁਲ ਕੁਝ ਨਹੀਂ ਹੁੰਦਾ ਨਹੀਂ ਨਹੀਂ ਹੁੰਦਾ ਉਹ ਤਾਂ ਮੇਰੇ ਨਾਲ ਹੋ ਜਾਂਦਾ ਹੁੰਦਾ ਕਈ ਵਾਰੀ ਅੱਛਾ ਬੋਲ ਕੇ ਦਿਲ ਹਲਕਾ ਕਰ ਲੈਂਦੇ ਹੋ ਹਾਂ ਗੱਲਾਂ ਕਰ ਲੋ ਹਨਾ ਗੱਲਾਂ ਦਾ ਕੜਾ ਹਾਂ ਗੱਲਾਂ ਦਾ ਕੜਾ ਬਣਾ ਲਓ ਖਿਚੜੀ ਬਣਾ ਲਓ ਪਲਾਉ ਬਣਾ ਲਓ ਚਮਰਜੀ ਬਣਾ ਲਓ ਹਾਂ ਬਿਲਕੁਲ ਕਰਨ ਵਾਸਤੇ ਵੀ ਇੱਕ ਬੰਦਾ ਹੋਣਾ ਚਾਹੀਦਾ ਨਾ ਫਿਰ ਨਾਲ ਦੀ ਨਾਲ ਗੱਲਾਂ ਕਰਨ ਵਾਲਾ ਜਿਹੜਾ ਜਦੋਂ ਅਸੀਂ ਕੋਈ ਕੱਚੀ ਗੱਲ ਕਹੀਏ ਤੇ ਅਗਲਾ ਬੰਦਾ ਨਾਲੇ ਜਵਾਬ ਦੇ ਦੇ ਬਿਲਕੁਲ ਸਹੀ ਮਤਲਬ ਤੇ ਸਾਰੀਆਂ ਚੁਗਲੀਆਂ ਹੋਣੀਆਂ ਚਾਹੀਦੀਆਂ ਦੇਖੋ ਐਡਵੈਂਚਰ ਲਾਈਫ ਹੋ ਦੀ ਬੜੀ ਜ਼ਰੂਰੀ ਆ ਇਹ ਗਲਤ ਹੈ ਤੇ ਹੁਣ ਜ਼ਰੂਰੀ ਥੋੜੀ ਆ ਕਿ ਹਰੇਕ ਵਾਰੀ ਬੰਦੇ ਨੇ ਕਿਤੇ ਘੁੰਮਣੀ ਜਾਣਾ ਬੰਦਾ ਆਪਣੀ ਕਹਾ ਦੋ ਸੋਫਿਆਂ ਤੇ ਬੈਠ ਕੇ ਇੰਨੀ ਗੱਲਾਂ ਕਰ ਲਵੇ ਕਿ ਬੋਰੀਆਂ ਤੇ ਐਡਵੈਂਚਰ ਦੀ ਗੱਲ ਕਰ ਸਕਦੇ ਆ ਅਸੀਂ ਜਿੱਥੇ ਜਾਣਾ ਉੱਥੇ ਦੀ ਗੱਲ ਬਹਿ ਕੇ ਕਰ ਸਕਦੇ ਆ ਕਈ ਵਾਰ ਮੈਜਰੇਸ਼ਨ ਜੇ ਆਪਾਂ ਉਹਦੇ ਪਹੁੰਚ ਜਾਂਦੇ ਆ ਹਾਂ ਤਾਂ ਹੀ ਹੁਣ ਮੈਂ ਤੁਹਾਡੇ ਨਾਲ ਪ੍ਰੋਗਰਾਮ ਤੋਂ ਪਹਿਲਾਂ ਵੀ ਇੰਨਾ ਬੋਲ ਰਹੀ ਸੀ ਮੈਂ ਇੰਨੀ ਬੋਰ ਹੋ ਰਹੀ ਆ ਨਾ ਅੱਛਾ ਇਦਾਂ ਬਹੁਤ ਹੁੰਦਾ ਹੈ ਕਿ ਪੂਰਾ ਹਫਤਾ ਵੀ ਇੱਕ ਹੈ ਨਾ ਸਿੰਪਲ ਜਿਹਾ ਜਾਵੇ ਰੋਜ਼ ਉਹੀ ਰੂਟੀਨ ਰਵੇ ਕੁਝ ਵਿੱਚ ਨਵਾਂ ਨਾ ਹੋਵੇ ਮੈਨੂੰ ਤਾਂ ਇਦਾਂ ਲੱਗਦਾ ਕਿ ਦੁਨੀਆ ਦੀ ਸਭ ਤੋਂ ਪਰੇਸ਼ਾਨ ਲੜਕੀ ਇਸ ਟਾਈਮ ਮੈਂ ਹੀ ਆਂ ਉਹ ਇਸ ਕਰਕੇ ਵੀ ਹੈ ਨਾ ਕਿ ਕਿਉਂਕਿ ਤੁਸੀਂ ਰੋਜ਼ ਇੱਕੋ ਰੁਟੀਨ ਕਰ ਰਹੇ ਹੋ ਜਿੱਦਾਂ ਅਸੀਂ ਰੋਜ਼ ਇੱਕੋ ਦਾਲ ਨਹੀਂ ਖਾ ਸਕਦੇ ਉਸੇ ਤਰੀਕੇ ਨਾਲ ਰੋਜ਼ ਅਸੀਂ ਇੱਕੋ ਚੀਜ਼ ਨਹੀਂ ਕਰ ਸਕਦੇ ਉਹਦੇ ਥੋੜਾ ਐਡਵੈਂਚਰ ਚਾਹੀਦਾ ਹੈ ਜਿੱਦਾਂ ਇੱਕ ਦਿਨ ਸਾਡਾ ਕਹਿੰਦੇ ਚੰਗਾ ਹੁੰਦਾ ਇੱਕ ਦਿਨ ਸਾਡਾ ਬੁਰਾ ਹੁੰਦਾ ਉਹ ਬੁਰਾ ਮਤਲਬ ਕਿ ਥੋੜਾ ਚਲੋ ਬੁਰਾ ਨਾ ਹੋਵੇ ਪਰ ਉੱਪਰ نیچے ਗੁੱਸੇ ਵਾਲਾ ਥੋੜਾ ਇਰਿਟੇਟ ਹੋ ਜਾਂਦੇ ਆ ਇੱਕ ਦਿਨ ਇਦਾਂ ਦੇ ਦਿਨ ਚਲਦੇ ਰਹਿਣੇ ਚਾਹੀਦੇ ਆ ਜਿ ਉਹ ਹਰ ਦਿਨ ਤੁਸੀਂ ਖੁਸ਼ੀ ਰਹੋਗੇ ਖੁਸ਼ੀ ਰਹੋਗੇ ਵੀ ਤੁਸੀਂ ਬੋਰ ਹੋ ਜਾਓਗੇ ਨਹੀਂ ਮੈਂ ਇਹ ਨਹੀਂ ਕਹਿੰਦੀ ਮੈਂ ਇੱਕ ਦਿਨ ਦੁਖੀ ਹੋਵਾਂ ਮੈਂ ਇੱਕ ਦਿਨ ਖੁਸ਼ ਹੋਵਾਂ ਮੈਂ ਨਹੀਂ ਕਹਿ ਰਹੀ ਇਹ ਮੇਰਾ ਕਹਿਣ ਦਾ ਮਤਲਬ ਹੈ ਦੁਖੀ ਦੀ ਗੱਲ ਹੀ ਕਈ ਵਾਰ ਬਈ ਇਰਿਟੇਟ ਹੋ ਜਾਂਦੇ ਇਸ ਵੇਲੇ ਦੀ ਸ਼ੁਰੂਆਤ ਹੀ ਖਿਜੀ ਖਿਜੀ ਹੁੰਦੀ ਹੈ ਮੈਂ ਨਾ ਇੱਕ ਗੱਲ ਹੋਰ ਦੇਖੀ ਕਿ ਹਨਾ ਜਿੱਦਾਂ ਮੈਨੂੰ ਲੱਗਦਾ ਹੁੰਦਾ ਤਾਂ ਨੇ ਉਹ ਲੋਕ ਚਲੋ ਜਿਨ੍ਹਾਂ ਨੂੰ ਹੁਣ ਮਹੀਨੇ ਦਾ 1.5 ਲੱਖ 9 ਤੋਂ 5 ਬੈਠ ਕੇ ਨੌਕਰੀ ਕਰਨ ਵਾਲੇ ਤੰਦ ਦੇ ਲੋਕ ਨੇ ਰੋਜ਼ ਇਹ ਉਸੇ ਦਫ਼ਤਰ ਆਉਣਾ ਉੱਥੇ 9 ਵਜੇ ਬਹਿ ਜਾਣਾ ਤੇ 5 ਵਜੇ ਜਾਣਾ 9 ਤੋਂ 5 ਬਿਚਾਰੇ ਬਹਿੰਦੇ ਵੀ ਨੇ ਨਾਲੇ ਉਹਨਾਂ ਨੂੰ ਉਹ ਲੋਕਾਂ ਨਾਲ ਵੀ ਬਹਿਣਾ ਪੈਂਦਾ ਜਿਹੜੇ ਉਹਨਾਂ ਨੂੰ ਪਸੰਦ ਨਾ ਹੋਣ ਕਈ ਵਾਰ پتہ ਕੀ ਹੁੰਦਾ ਉਹ ਬੰਦਾ ਆਫਿਸ ਗਿਆ ਹੋਵੇ 9 ਤੋਂ 5 ਟਾਈਮ ਹੈ ਨਾ ਤੇ ਇੱਕ ਮੈਨੇਜਰ ਸੇਰ ਤੇ ਆ ਕੇ ਖੜਾ ਰਹਿੰਦਾ ਮੈਨੇਜਰ ਚੰਗਾ ਹੋਵੇ ਤਾਂ ਕੋਈ ਦਿੱਕਤ ਨਹੀਂ ਚਾਹੇ ਟਾਈਮ ਤੇ ਨਾ ਵੀ ਆਓ ਕੋਈ ਚੰਗੇ ਦਾ ਅਗਰ ਮੈਨੇਜਰ ਤਾਂ ਰੈਸਟ੍ਰਿਕਟ ਹੈ ਉਹਨੇ ਜਾਣ ਕੇ ਤਾਂ ਲਈ ਚੁਕਲੀ ਅੰਦਰ ਲਾ ਦੇਣੀ ਆ ਬੋਸ ਨੂੰ ਤੁਸੀਂ ਇਦਾਂ ਦਿਓ ਫਿਰ ਹਰ ਕੋਈ EMPLOYEI ਪ੍ਰਾਰਥਨਾ ਕਰਦਾ ਕਿ ਇਹ ਬੰਦਾ ਅੱਜ ਛੁੱਟੀ ਤੇ ਹੀ ਰਵੇ ਇਹ ਬੰਦਾ ਅੱਜ ਨਾ ਆਵੇ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਮੈਨੂੰ ਲੱਗਦਾ ਕਿ ਆ ਜਿਹੜੇ ਪ੍ਰਾਈਵੇਟ ਜੋਬ ਕਰਦੇ ਆ ਉਹਨਾਂ ਦੀ ਜ਼ਿੰਦਗੀ ਚ ਇੱਕ ਬਹੁਤ ਖਾਸ ਦਿਨ ਹੁੰਦਾ ਹੋਵੇਗਾ ਜਿਸ ਦਿਨ ਮੈਨੇਜਰ ਛੁੱਟੀ ਤੇ ਹੋ ਜਾਏਗਾ ਤੇ ਸਾਰੇ ਆਪਣੇ ਆਪਣੇ ਐਸ਼ ਕਰਦੇ ਹੋ ਕੇ ਪਰ ਇਹ ਗੱਲ ਨਾ ਨੇ ਜੇ ਪ੍ਰਾਈਵੇਟ ਨੌਕਰੀ ਤੇ ਮੈਨੇ ਚੰਗਾ ਹੋਵੇ ਨਾ ਫਿਰ ਹਾਂ ਨਹੀਂ ਗੱਲ ਇਹ ਹੈ ਨਾ ਚੰਗਾ ਹੋਵੇ ਜਾਂ ਮਾੜਾ ਹੋਵੇ ਮੈਨੇਜਰ ਦਾ ਹੋਣਾ ਜ਼ਰੂਰੀ ਪਤਾ ਕਿਉਂ ਹੈ ਕਿਉਂਕਿ ਇਹ ਹੈ ਨਾ ਕਿ ਸਰਕਾਰੀ ਹੁਣ ਮੈਨੇਜਰ ਨੂੰ ਤਾਂ ਪਿੱਛੇ ਸਰਕਾਰ ਵੱਲੋਂ ਪੈਸੇ ਡਿੱਗੇ ਜਾਣੇ ਆ ਕਿਉਂਕਿ ਜਿੱਦਣ ਮੈਨੇਜਰ ਨੇ ਥੋੜੀ ਜਿਹੀ ਢਿੱਲ ਦਿੱਤੀ ਤੇ ਉਪਰੋ ਦੇਣੀ ਬੌਸ ਵੱਲੋਂ ਮੈਨੇਜਰ ਦੀ ਵੀ ਨੌਕਰੀ ਗਈ ਤੇ ਥੱਲੇ ਕੱਚਿਆਂ ਆਣਿਆਂ ਦੀ ਵੀ ਨੌਕਰੀ ਗਈ ਬੜੀ ਦਿੱਕਤ ਇਨਾਂ ਚੀਜ਼ਾਂ ਦੀ ਹੁੰਦੀ ਹੈ ਪਰ ਹਾਂ ਇਹ ਗੱਲ ਜ਼ਰੂਰ ਹੈ ਕਈ ਲੋਕ ਹਨਾ ਬੌਸ ਦੀ ਗੱਲ ਹੋਰ ਹੁੰਦੀ ਹੈ ਗਾਹ ਆਪਣੇ ਸਟਾਫ ਨੂੰ ਹੋਰ ਦੱਸਦੇ ਨੇ ਸਟਾਫ ਦੀ ਗੱਲ ਹੋਰ ਹੁੰਦੀ ਹੈ ਗਾਹ ਆਪਣੇ ਬੌਸ ਨੂੰ ਹੋਰ ਦੱਸਦੇ ਨੇ ਅੱਛਾ ਆਪਾਂ ਨਾ ਨੌਕਰੀ ਤੋਂ ਥੋੜਾ ਜਿਹਾ ਬਾਹਰ ਆਉਨੇ ਆ ਮੈਂ ਬਾਹਰ ਆਈ ਆ ਆਪਾਂ ਉਧਰ ਪਰੇਸ਼ਾਨ ਹਾਂ ਹਾਂ ਆਪਾਂ ਤਾਂ ਅੱਗੇ ਦੂ ਵੀ ਆਪਾਂ ਫੇਰ ਨੌਕਰੀ ਜਿਹੀ ਵੜ ਗਏ ਨੇ ਆਪਣਾ ਨੋਕਰੀ ਤੋਂ ਨਹੀਂ ਦੁਖੀ ਮਤਲਬ ਡੇਲੀ ਰੁਟੀਨ ਤੋਂ ਹਾਂ ਦਿੱਲੀ ਰੁਟੀਨ ਪਰ ਮੇਰੇ ਯਾਰ ਕੇ ਬੰਦੇ ਨੂੰ ਤਾਂ ਇਹ ਹੁੰਦਾ ਕਿ ਜੇ ਬਿਲਕੁਲ ਹੀ ਨਾ 5 ਤੋਂ 5 ਦਫ਼ਤਰ ਹੋਵੇ ਤਾਂ ਤਨ ਦੇ ਉਹ ਲੋਕ ਨੇ ਅੱਛਾ ਇੱਕ ਗੱਲ ਹੋਰ ਹੈ ਕੁਝ ਲੋਕ ਨਾ ਜੇ ਉਹਨਾਂ ਨੂੰ ਗੱਲਾਂ ਕਰਨ ਨੂੰ ਕੋਈ ਨਾ ਮਿਲੇ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਲਾਈਫ ਬੋਰਿੰਗ ਹੈ ਤੇ ਕੁਝ ਲੋਕ ਇਦਾਂ ਦੇ ਨੇ ਉਹਨਾਂ ਨੂੰ ਇਹ ਹੁੰਦਾ ਕਿ ਕੁਝ ਚੋਣਵੇਂ ਬੰਦਿਆਂ ਨਾਲ ਹੀ ਗੱਲਾਂ ਕੀਤੀਆਂ ਜਾਣ ਉਹ ਹਰ ਕਿਸੇ ਦੇ ਨਾਲ ਇੰਨਾ ਕਮਲ ਨਹੀਂ ਕੋਟ ਸਕਦੇ ਪੰਜਾਬੀਆਂ ਦੀ ਭਾਸ਼ਾ ਚ ਕਿਹਾ ਜਾਵੇ ਤਾਂ ਉਹਨਾਂ ਨੂੰ ਹੁੰਦਾ ਕਿ ਨਹੀਂ ਮੈਂ ਬੋਰੀਅਤ ਕਰਨ ਦੂਰ ਕਰਨ ਦੇ ਲਈ ਕਿਸੇ ਵੀ ਨਾਲ ਗੱਲਬਾਤ ਨਹੀਂ ਕਰ ਸਕਦਾ ਹੁਣ ਤੁਸੀਂ ਦੇਖ ਲਓ ਉਦਾਹਰਨ ਦੇ ਤੌਰ ਤੇ ਚਾਹੇ ਕੋਈ ਪੜਦਾ ਜਾਂ ਆਫਿਸ ਦੇ ਵਿੱਚ ਆ ਜਿੱਥੇ ਕਿੰਨੇ ਜਾਣੇ ਬੰਦੇ ਨੇ ਤੁਸੀਂ ਉਹਨਾਂ ਲੋਕਾਂ ਨੂੰ ਸਿਰਫ 2-3 ਲੋਕਾਂ ਦੇ ਨਾਲ ਰੌਲਾ ਪਾਉਂਦੇ ਹੋਏ ਦੇਖੋਗੇ ਉਹਨਾਂ ਦੀ ਉਹ ਨਿੱਕੀ ਜਿਹੀ ਦੁਨੀਆ ਕਿੰਨੀ ਵੱਡੀ ਦੁਨੀਆ ਹੋ ਜਾਂਦੀ ਆ ਕਿਉਂਕਿ ਮਜ਼ਾ ਉਹਦੇ ਨਾਲ ਆਂਦਾ ਆਪਾਂ ਜਦੋਂ ਰੋਟੀ ਵਗੈਰਾ ਵੀ ਖਾਣੀ ਹੋਵੇ ਨਾ ਫਿਰ ਸਾਨੂੰ ਮਜ਼ ਆਨਾਂ ਦਾ ਰੋਟੀ ਦਾ ਆਨਾਂ ਦਾ ਜਿਸ ਨਾਲ ਜਿਸ ਨਾਲ ਸਾਡੀ ਬੌਂਡਿੰਗ ਬਣੀ ਹੁੰਦੀ ਹੈ ਸੋ ਹਰ ਜਗ੍ਹਾ ਤੇ ਹਰ ਫਿਲਟੇ ਕਿ ਬੰਦਾ ਇਦਾਂ ਦਾ ਹੋਣਾ ਚਾਹੀਦਾ ਹੈ ਜਿੱਦਾਂ ਸਾਡੇ ਘਰ ਦੇ ਵਿੱਚ ਵੀ ਹੁੰਦਾ ਹੈ ਕਈ ਵਾਰ ਸਾਡੀ ਮਦਰ ਨਾਲ ਸਾਡੀ ਬੌਂਡਿੰਗ ਇੰਨੀ ਹੁੰਦੀ ਹੈ ਕਿ ਅਸੀਂ ਆਫਿਸ ਤੋਂ ਸਿੱਧਾ ਘਰ ਆ ਕੇ ਪਹਿਲੇ ਮੰਮੀ ਨੂੰ ਪੂਰੀ ਡਿਟੇਲ ਦੱਸਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜੋ ਵੀ ਫਿਸਕੀ ਹੋਇਆ ਮੇਰੇ ਨਾਲ ਕਿੱਦਾਂ ਗੱਲ ਕੀਤੀ ਕਿਸੇ ਨੇ ਕੀ ਨਹੀਂ ਹੋਇਆ ਕੀ ਬੁਰਾ ਹੋਇਆ ਕਿ ਚੰਗਾ ਹੋਇਆ ਕੀ ਖੁਸ਼ੀ ਵਾਲੀ ਗੱਲ ਸੀ ਕਿੱਥੇ ਘੁੰਮਣਗੇ ਸੋ ਉਹ ਵੀ ਅਲੱਗ ਮਜ਼ਾ ਆਉਂਦਾ ਬਿਲਕੁਲ ਅਜਿ ਤੁਸੀਂ ਗੱਲ ਕੀਤੀ ਨਾ ਕਿ ਮੇਰੇ ਨਾਲ ਕੀ ਚੰਗਾ ਹੋਇਆ ਕੀ ਮਾੜਾ ਹੋ ਕੀ ਚਾਹੇ ਮੈਂ ਆ ਚਾਹੇ ਤੁਸੀਂ ਆ ਖਰੇ ਤੁਹਾਡੇ ਤੋਂ ਕਿੰਨੇ ਲੋਕ ਦੁਖੀ ਹੋਣੇ ਖਰੇ ਮੇਰੇ ਤੋਂ ਕਿੰਨੇ ਲੋਕ ਦੁਖੀ ਹੋਣੇ ਹਰ ਇਨਸਾਨ ਨੂੰ ਇਦਾਂ ਲੱਗਦਾ ਕਿ ਮੈਂ ਤਾਂ ਬਹੁਤ ਚੰਗਾ ਆ ਬਸ ਦਿੱਕਤ ਸਾਹਮਣੇ ਵਾਲੇ 'ਚ ਆ ਸਾਨੂੰ ਵੀ ਲੱਗਦਾ ਹੁੰਦਾ ਕਈ ਵਾਰੀ ਕਿ ਮੈਂ ਤਾਂ ਇਦਾਂ ਕੀਤਾ ਨਹੀਂ ਉਹਨੇ ਇਦਾਂ ਕੀਤਾ ਸੋ ਇਨਸਾਨੀ ਨੇਚਰ ਆ ਕਿ ਸਾਨੂੰ ਨਾ ਇਦਾਂ ਹੀ ਲੱਗਦਾ ਆਪਣੀ ਲਾਈਫ ਦੇ ਵਿੱਚ ਕਿ ਮੇਰੇ ਨਾਲ ਹੀ ਇਦਾਂ ਕਿਉਂ ਹੋਇਆ ਮੈਂ ਹੀ ਕਿਉਂ ਇਦਾਂ ਕੀਤਾ ਪਰ ਜਿਹਨੂੰ ਮਰਜੀ ਪੁੱਛੋ ਸਾਰੇ ਕਹਿੰਦੇ ਫਲਾਣਾ ਇਦਾਂ ਦਾ ਫਲਾਣਾ ਉਦਾਂ ਦਾ ਉਹ ਇਦਾਂ ਦਾ ਉਹ ਉਦਾਂ ਦਾ ਉਹ ਇਹ ਚੀਜ਼ਾਂ ਹਨਾ ਤੁਹਾਡੇ ਆਫਿਸ ਕਲਚਰ ਦੇ ਵਿੱਚ ਜਾ ਕਿਤੇ ਵੀ ਚਲੋ ਨਾਟ ਆਨਲਾਈਨ ਆਫਿਸ ਤੁਸੀਂ ਚਾਰ ਰਿਸ਼ਤੇਦਾਰਾਂ ਚ ਵੀ ਬੈਠ ਜਾਓਗੇ ਨਾ ਉਹਦੇ ਵਿੱਚ ਵੀ ਦੋ ਲਈ ਤੁਸੀਂ ਬੁਰੇ ਦੋ ਲਈ ਤੁਸੀਂ ਬਹੁਤ ਚੰਗੇ ਦੋ ਲਈ ਤੁਸੀਂ ਬਹੁਤ ਚੰਗੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਪਰਫੈਕਟ ਹੀ ਹੋ ਜੇ ਤੁਹਾਨੂੰ ਲੱਗਦੇ ਹੋ ਪਰ ਆਪਣੇ ਆਪ ਨੂੰ ਬੰਦਾ ਚੰਗਾ ਲੱਗਣਾ ਚਾਹੀਦਾ ਕਿ ਹਾਂ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ ਤੇ ਨਹੀਂ ਕੀਤਾ ਜੀ ਮੈਂ ਆਪਣੀ ਫੇਵਰਟ ਹੂ ਔਰ ਮੈਂ ਹੂ ਰੰਗੀ ਹੋ ਜਾ ਬਿਲਕੁਲ ਤੁਸੀਂ ਕਹਿੰਨਾ ਕਿ ਦੇਖੋ ਦੋ ਨੂੰ ਤੁਸੀਂ ਚੰਗੇ ਲੱਗਦੇ ਆ ਦੋ ਨੂੰ ਤੁਸੀਂ ਨਹੀਂ ਚੰਗੇ ਲੱਗਦੇ ਇਦਾਂ ਹੁੰਦਾ ਕਿ ਮੈਨੂੰ ਇਦਾਂ ਲੱਗਦਾ ਹੈ ਫਾਰ ਇਗਜ਼ਾਮਪਲ ਤੁਹਾਡੀ ਜਿਹੜੀ ਨੇਚਰ ਆ ਇੱਕ ਉਦਾਹਰਣ ਦੇ ਰਹੀ ਮੈਂ ਕਹਿ ਨਹੀਂ ਰਹੀ ਤੁਹਾਨੂੰ ਆ ਮੇਰੀ ਨਾ ਚੁਗਲੀ ਕਰਿਓ ਕਿਤੇ ਬੈਠ ਕੇ ਫਾਰ ਇਗਜ਼ਾਮਪਲ ਤੁਹਾਡੀ ਜਿਹੜੀ ਨੇਚਰ ਆ ਹੋ ਸਕਦਾ ਮੈਨੂੰ ਪਸੰਦ ਹੋਵੇ ਮੇਰੀ ਨੇਚਰ ਨਾਲ ਉਹ ਮੇਲ ਖਾਂਦੀ ਹੋਵੇ ਤਾਂ ਤੁਸੀਂ ਮੈਨੂੰ ਚੰਗੇ ਲੱਗਦੇ ਹੋ ਹੋ ਸਕਦਾ ਤੁਹਾਡੀ ਨੇਚਰ ਕਿਸੇ ਹੋਰ ਨੂੰ ਉਹ ਹੀ ਲੱਗਦਾ ਹੋਵੇ ਜਿਵੇਂ ਸਰਪੀ ਤਾਂ ਹੱਸਦੀ ਰਹਿੰਦੀ ਇੰਤ ਤਾ ਹੱਸਦਾ ਹੀ ਆਉਂਦਾ ਰਹਿੰਦਾ ਇਹ ਤਾਂ ਰੌਲਾ ਹੀ ਪਾਉਂਦੀ ਰਹਿੰਦੀ ਉਹਨੂੰ ਉਹ ਨੇਚਰ ਨਾਲ ਚੰਗੀ ਲੱਗਦੀ ਹੋਵੇ ਜ਼ਰੂਰੀ ਨਹੀਂ ਹੁੰਦਾ ਕਿ ਇਨਸਾਨ ਮਾੜਾ ਹੀ ਹੋਵੇ ਸਾਹਮਣੇ ਵਾਲੇ ਨੂੰ ਉਹ ਨੇਚਰ ਕਦੇ ਕਦੇ ਉਦਾਂ ਦੀ ਉਸ ਨੇਚਰ ਦੇ ਕੋਈ ਬੰਦੇ ਵੀ ਪਸੰਦ ਨਹੀਂ ਹੁੰਦੇ ਨਹੀਂ ਹੁੰਦੇ ਕਈਆਂ ਨੂੰ ਚੁੱਪ ਇਨਸਾਨ ਬੜੇ ਪਸੰਦ ਆਉਂਦੇ ਆ ਇਹ ਸ਼ਾਂਤ ਰਹਿਣ ਕੋਈ ਚਾ ਨਾ ਬੋਲੋ ਅੱਛਾ ਤਰੀਫ ਵੀ ਮੈਂ ਦੇਖਿਆ ਚੁੱਪ ਰਹਿਣ ਵਾਲਿਆਂ ਦੀ ਹੁੰਦੀ ਹਾਂ ਸਹੀ ਗੱਲ ਹੈ ਬਹੁਤ nhiều ਕਹਣਾ ਕਿ ਜਦੋਂ ਅਸੀਂ ਕੁਝ ਵੀ ਬੋਲਦੀ ਹੈ ਨਾ ਮੇਰੇ ਨਾਲ ਤਾਂ ਬਹੁਤ ਵਾਰ ਹੋਇਆ ਕਿਦਾਂ ਕਿ ਸਾਰੇ ਰੈਲਿਟਿਸ ਬੈਠੇ ਅਗਰ ਮੈਂ ਬੋਲੀਗੀ 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 ਪਿੱਛੇ ਇੱਕ ਡਾਂਟ ਜੀ ਆ ਜਾਂਦੀ ਮੰਮੀ ਦੀ ਕਿ ਬਸ ਕਰ ਬਹੁਤ ਬੋਲਿਆ ਬਹੁਤ ਬੋਲਿਆ ਹਾਂ ਨਾਲ ਇਸ ਤਰ੍ਹਾਂ ਲੈ ਲੈ ਇਹ ਨਹੀਂ ਬੋਲਦਾ ਕੁਛ ਅਗਰ ਭਰਾਇਆ ਤੁਹਾਡਾ ਇਹ ਨਹੀਂ ਬੋਲਦੀ ਵਾਸ ਵਾਸ ਇਹ ਉਹ ਬੋਲਦੇ ਉਹਦੇ ਜਬਾਨ ਹੈ ਕੋਈ ਸਾਰੀ ਜਬਾਨ ਰੱਬ ਨੇ ਹੀ ਦਿੱਦੀ ਤੇ ਉਹਨੂੰ ਤੇ ਜਬਾਨ ਹੀ ਨਹੀਂ ਦਿੱਤੀ ਇਹ ਤਾਂ ਹੈ ਨਾ ਹੈਂਸ ਪ੍ਰੂਫਡ ਆ ਵਰਲਡ ਵਾਈਡ ਕਿ ਜਿਹੜਾ ਬੰਦਾ ਤੁਹਾਡੇ ਆਫਿਸ ਕਲਚਰ ਦੇ ਵਿੱਚ ਜਾਂ ਰਿਸ਼ਤੇਦਾਰ ਕਲਚਰ ਦੇ ਵਿੱਚ ਜਾਂ ਕਿਤੇ ਵੀ ਚੁੱਪ ਰਹਿੰਦਾ ਨਾ ਉਹ ਸਿਆਣਾ ਅੰਦਰੋਂ ਬੰਬ ਦਾ ਗੋਲਾ ਹੁੰਦਾ ਹੈ ਤਾਂ ਮੈਂ ਤਾਂ ਨਾਲੇ ਬੋਲ ਦਿੰਦੀ ਆ ਅਗਰ ਉਹ ਚੁੱਪ ਹੈ ਮੀਸ ਉਹ ਅੰਦਰੋਂ ਬੰਬ ਦਾ ਗੋਲਾ ਹੈਗਾ ਕਿਉਂਕਿ ਸਾਡਾ ਬੰਬ ਤਾਂ ਬਾਹਰ ਹੀ ਫਟ ਜਾਂਦਾ ਹੈ ਸਾਨੂੰ ਤਾਂ ਜੋਗਾ ਲਈ ਸੀ ਬਧਾਲੇ ਬੱਕ ਦਿੱਤੀ ਕਿ ਹਾਂ ਕਿ ਆ ਚੀਜ਼ ਹੈ ਦਾਦਾ ਉਹ ਇਨਸਾਨ ਨੇ ਮਨ ਦੇ ਅੰਦਰ ਗੱਲ ਰੱਖੀ ਹੋਈ ਹੈ ਔਰ ਅੰਦਰ ਪਰਦਾ ਰਹਿੰਦਾ ਜਵਾਲਾਮੁਖੀ ਫਿਰ ਉਹਨਾਂ ਦਾ ਇੱਕ ਵਾਰੀ ਫਟ ਜਾਂਦਾ ਮੈਂ ਤਾਂ ਕਿੰਨੀ ਵਾਰੀ ਦੇਖ ਲਿਆ ਕਿ ਨਹੀਂ 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 ਇਹ ਤਾਂ ਬੋਤ ਹੈ ਇਹ ਤਾਂ ਬੋਲਦਾ ਹੀ ਨਹੀਂ ਇਹ ਤਾਂ ਬਹੁਤ ਚੰਗਾ ਇਹਨੂੰ ਤਾਂ ਜੋ ਕਹਿ ਦੋ ਹਾਂਜੀ ਕਹਿ ਦਿੰਦਾ ਮਤਲਬ ਮੂੰਹ ਤੇ ਹਾਂਜੀ ਕਹਿ ਦੇਣਾ ਪਿੱਠ ਪਿੱਛੇ ਆਪਣੀਆਂ ਮਰਜ਼ੀ ਕਰ ਜਣੀਆਂ ਸਾਡੇ ਵਰਗੇ ਲੱਲੂ ਜੇ ਮੂੰਹ ਤੇ ਲੜ ਲੜ ਕੇ ਆਪਣਾ ਸਾਰ ਆਈ ਭੈਣ ਭਰਾਵਾਂ ਨਾਲ ਅਕਸਰ ਇਹਦੇ ਹੁੰਦਾ ਸਾਡੇ ਕਿ ਅਸੀਂ ਜਦੋਂ ਘਰ ਹੁੰਦੇ ਆ ਤੇ ਬੜਾ ਲੜਦੇ ਆ ਕਰਦੇ ਆ ਬਾਹਰ ਜਾਂਦੇ ਆ ਤੇ ਨਾਲੇ ਨਾਲ ਦੀ ਤਰੀਫਾਂ ਹੁਣ ਸ਼ੁਰੂ ਹੋ ਜਾਂਦੀਆਂ ਜਦੋਂ ਫੇ ਸਾਨੂੰ ਬੜਾ ਗੁੱਸਾ ਆਉਂਦਾ ਕਿ ਤੁਹਾਨੂੰ ਕੀ ਪਤਾ ਅਸੀਂ ਇਹਦੇ ਨਾਲ ਰਹਿੰਦੇ ਆ ਅਸੀਂ ਨਹੀਂ ਚੱਲਦੇ ਅਸੀਂ ਸਾਨੂੰ ਪੁੱਛੋ ਕਿ ਘਰੇ ਕਿੰਨਾ ਲੜਦਾ ਇਹ ਸਾ ਇਹ ਅਸੀਂ ਜਾਣਦੇ ਆ ਤੁਸੀਂ ਨਹੀਂ ਜਾਣ ਸਕਦੇ ਹਮਮ ਤਾਂ ਪਤਾ ਨਹੀਂ ਕਿਉਂ ਮੇਰਾ ਤਾਂ ਇਦਾਂ ਮੰਨਣਾ ਆ ਕਿ ਕਦੇ ਵੀ ਕਿਸੇ ਇਨਸਾਨ ਨੂੰ ਚੁੱਪ ਰਹਿਦਾ ਦੇਖ ਕੇ ਇਹ ਨਾ ਸਮਝੋ ਕਿ ਉਹ ਬਹੁਤ ਸ਼ਰੀਫ ਹੈ ਕਿਸੇ ਵੀ ਇਨਸਾਨ ਨੂੰ ਜ਼ਿਆਦਾ ਬੋਲਦਾ ਦੇਖ ਕੇ ਇਹ ਨਾ ਸਮਝੋ ਕਿ ਉਹ ਬਹੁਤ ਜ਼ਿਆਦਾ ਚਲਾਕ ਹੈ ਹੈਨਾ ਪਰ ਇਹ ਗੱਲ ਮੰਨੀ ਜਾਂਦੀ ਹੈ ਕਿ ਜਿਹੜੇ ਬੜ ਬੋਲੇ ਲੋਕ ਹੁੰਦੇ ਆ ਉਹ ਥੋੜੇ ਸਾਫ਼ ਹੁੰਦੇ ਆ ਦਿਲ ਦੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਹੋ ਸਕਦਾ ਬੜਬੋਲੇ ਵੀ ਦਿਲ ਦੇ ਮੈਲੇ ਹੋਣ ਗੱਲ ਉੱਥੇ ਹੀ ਮੁੱਕਦੀ ਹੈ ਹਰ ਇਨਸਾਨ ਨੂੰ ਹਰ ਇਨਸਾਨ ਪਸੰਦ ਨਹੀਂ ਆਉਂਦਾ ਕਿਸੇ ਨੂੰ ਉਹ ਬੜਬੋਲਾ ਚੰਗਾ ਲੱਗਦਾ ਕਿਸੇ ਨੂੰ ਉਹ ਮਾੜਾ ਲੱਗਦਾ ਚੁਗਲੀ ਸੈਂਟਰ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਨਾ ਬੜਬੋਲੇ ਹੋਣ ਦੀ ਪਰ ਕਈ ਲੋਕ ਜਦਾਂ ਸੋਸ਼ਲ ਮੀਡੀਆ ਤੇ ਜੋ ਦਿਲ ਜਾਵੇ ਬੋਲਦੇ ਨੇ ਉਹ ਬਹੁਤ ਇਰੀਟੇਟਿੰਗ ਲੱਗਦੇ ਆ ਕਿਉਂਕਿ ਉਹਨਾਂ ਦਾ ਬੋਲਣਾ ਨਾ ਕਈ ਵਾਰ ਗਲਤ ਵੀ ਹੋ ਜਾਂਦਾ ਪਤਾ ਤੁਹਾਨੂੰ ਹੂੰ ਤੇ ਕਈ ਵਾਰ ਉਹ ਟ੍ਰੋਲ ਹੋ ਜਾਂਦੇ ਆ ਇਹਦੇ ਨਾਲ ਉਹ ਫੇਮਸ ਵੀ ਹੋ ਜਾਂਦੇ ਆ ਵਾਇਰਲ ਹੋ ਜਾਂਦੇ ਆ ਇਹ ਮੈਨੂੰ ਕਈ ਵਾਰ ਲੱਗਦਾ ਇਹ ਆਪਣੀ ਆਪਣੀ ਟ੍ਰਿਕ ਹੀ ਹੈ ਫੇਮਸ ਹੋਣ ਦੇ ਲਈ ਅਸੀਂ ਇੰਨਾ ਚੰਗਾ ਬੋਲਦੇ ਹਾਂ ਮੇਰਾ ਗਲਾ ਸੁੱਕ ਜਾਂਦਾ ਵਿਚਾਰੀ ਦਾ ਮੋਟੀਵੇਟ ਕਰ ਕਰਕੇ ਲੋਕਾਂ ਨੂੰ ਹਾਂ ਪਰ ਮੇਰੇ ਵੀ ਕਦੀ ਨਹੀਂ ਆਣਗੇ ਇਹੀ ਮੈਂ ਕੁਝ ਹੋਰ ਬੋਲ ਦਵਾਂ ਨਾ ਇੱਧਰ ਉੱਧਰ ਦੀ ਗੱਲ ਆ ਜਾਂ ਫਿਰ ਕੋਈ ਸਹੀ ਹੋਰ ਦੀ ਗੱਲ ਕਰ ਦਵਾਂ ਮੈਂ ਕਿ ਇਹ ਇਨਸਾਨ ਐਦਾ ਦਾ ਆ ਜਾਂ ਇਰੀਟੇਟ ਕਰਦਾ ਜਾਂ ਫਿਰ ਇਹ ਐਦਾ ਦੇ ਲੋਕ ਹੀ ਨਹੀਂ ਹੋਣੇ ਚਾਹੀਦੇ ਇੰਦਰ ਇਹ ਨਮੁੰਨੇ ਨਹੀਂ ਹੋਣੇ ਚਾਹੀਦੇ ਮੈਂ ਕਿਉ ਕੀ ਪਰਸਨਲ ਲੜਾਈ ਪਾ ਦੋ ਨਾ ਘਰ ਦੀ ਜਾਂ ਮਹੱਲੇ ਦੀ ਦੇਖੋ ਕਿੰਨੇ 뷰 ਆਉਂਦੇ ਤੁਸੀਂ ਜਿੰਨੀਆਂ ਮਰਜੀ ਸਿਆਣੀਆਂ ਗੱਲਾਂ ਕਰੀ ਚਲੋ ਕੋਈ ਨਹੀਂ ਪੁੱਛਦਾ ਤੁਹਾਨੂੰ ਵਾਜਦੀ ਤਰੀਕ ਦੇ ਵਿੱਚ ਸੋਸ਼ਲ ਮੀਡੀਆ ਪਰਿਆ ਹੀ ਨਮੁੰਨਣ ਹੋਇਆ ਸਿੱਧੇ ਤੋਰ ਤੇ ਕਹਿ ਕੰਦੇ ਸਿੱਧੇ ਤੋਰ ਤੇ ਆ ਹੀ ਕਹਿ ਦਿੰਦੇ ਆ ਬਿਲਕੁਲ ਜਿੱਦਾਂ ਹੀ ਖੋਲੋ ਕੋਈ ਨਾ ਕੋਈ ਜਿੱਦਾਂ ਹੀ ਖੋਲੋ ਕੋਈ ਨਾ ਕੋਈ ਫਿਰ ਦੇਖ ਕੇ ਜਾਂਦਾ ਕਿ ਕੀ ਕਰੇ ਤੋ ਕਿ ਮੈਂ ਤਾਂ ਇੱਕ ਮੁੰਡਾ ਦੇਖਿਆ ਉਹ ਲੜਕੇ ਨੇ ਕੀ ਕੀਤਾ ਕੰਨਾਂ ਦੇ ਵਿੱਚ ਕੌਲੀਆਂ ਟੰਗੀਆਂ ਹੋਈਆਂ ਕਾਟੇ ਬਣਾਉਣ ਦੇ ਲਈ ਠੀਕ ਹੈ ਉਹਨੇ ਮੰਜੇ ਦੀ ਬਾਣ ਨੂੰ ਡਰੈਸ ਦੇ ਵਾਂਗ ਪਾਇਆ ਹੋਇਆ ਸੋ ਫੇਮਸ ਹੋਣ ਦੇ ਲਈ ਲੋਕ ਐਨੇ ਨਮੂਨੀਗਿਰੀ ਕਰ ਰਹੇ ਨੇ ਔਰ ਹੈਰਾਨਗੀ ਤਾਂ ਇਸ ਗੱਲ ਦੀ ਹੈ ਕਿ ਫਾਲੋਅਰ ਵੀ ਉਹਨਾਂ ਦੇ ਨੇ ਵੀਊ ਵੀ ਉਹਨਾਂ ਦੇ ਨੇ ਕਮਾਲ ਹੋਈ ਪਈ ਹੈ ਇਤੋ ਤਾਂ ਕਿ ਮੈਂ ਵੀ ਇੱਕ ਵੀਡੀਓ ਦੇਖੀ ਉਹਦੇ ਵਿੱਚ ਡਾਂਸ ਵਾਲੀ ਵੀਡੀਓ ਸੀਗੀ ਔਰ ਚਲੋ ਇੰਨਾ ਤਾਂ ਰੱਬ ਦੇ ਸਰਦਾਰ ਦੀ ਕਿਰਪਾ ਕੀਤੀ ਹੈ ਕਿ ਆਪਾਂ ਅੱਛਾ ਡਾਂਸ ਕਰ ਲੰਨੇ ਆ ਘਰ ਵੀਡੀਓ ਵੀ ਪਾਈਏ ਪਰ ਵੀਡੀਓ ਪਾਈਆ ਵੀ ਪਰ 뷰 ਕਦੀ ਵੀ ਇੰਨੇ ਨਹੀਂ ਆਏ ਜਿੰਨਾ ਇੱਕ ਮੈਂ ਡਾਂਸ ਦੇਖਿਆ ਉਹਦੇ ਵਿੱਚ ਇੱਕ ਇੱਕ ਬੰਦਾ ਐ ਬਸ ਹੱਥ ਲਾ ਰਿਹਾ ਉਹਦੇ ਜਾਣੇ ਸਿਰਫ ਸਿੱਧੀ ਖੜੀ ਹੈ ਔਰ ਉਹਨੂੰ ਇਧਰ ਲਾਈ ਜਾ ਰਿਹਾ ਲਾਈ ਜਾ ਰਿਹਾ ਲੈ ਜਾ ਰਿਹਾ ਔਰ ਉਹਦੇ ভিউਸ ਦੇਖਣ ਵਾਲੇ ਸੀਗੇ ਇੰਨੇ ਜ਼ਿਆਦਾ ਇੰਨੇ ਜ਼ਿਆਦਾ ਔਰ ਮੈਂ ਹੈਰਾਨ ਹੋ ਗਿਆ ਤੇ ਫੋਲੋਅਰ ਦੇਖ ਕੇ ਕਿਉਂਕਿ ਉਹਨੇ ਹਰ ਵੀਡੀਓ ਸਿਰ ਵਹੀ ਪਾਈ ਹੈ ਉਹਦੀ ਜਾਨੀ ਸਿੱਧੀ ਖੜੀ ਹੋਈ ਹੈ ਉਹਨੂੰ ਫੜ ਕੇ ਹਲਾਈ ਜਾ ਰਿਹਾ ਹੈ ਜਾ ਰਿਹਾ ਹੈ ਔਰ ਦੇਖ ਲੋ ਇਸ ਇਸ ਨਮੂਨਾਗਰੀ ਨੂੰ ਲੋਕ ਕਿੰਨਾ ਜ਼ਿਆਦਾ ਪਸੰਦ ਕਰ ਰਹੇ ਆ ਕਮਾਲ ਹੀ ਹੈ ਕਿ ਲੋਕ ਇੰਨੀਆ ਪੁੱਠੀਆਂ ਪੁੱਠੀਆਂ ਡਰੈਸਿੰਗ ਸੈਂਸ ਸ਼ੋਅ ਕਰਦੇ ਨੇ ਜਾਂ ਉਹਨਾਂ ਦੇ ਵਿਊ ਆ ਰਹੇ ਆ ਜ਼ਿੰਦਗੀ ਆਪਾਂ ਉਹਦੇ ਦੇ ਉੱਤੇ ਕਿੰਨੀ ਵਾਰੀ ਸ਼ੋਅ ਕੀਤੇ ਗੱਲਾਂ ਵੀ ਕੀਤੀਆਂ ਨੇ ਕਿ ਵਿਊ ਦੀ ਜ਼ਿੰਦਗੀ ਰਹਿ ਗਈ ਆ ਸੋ ਵਿਊ ਲੈਣ ਦੇ ਲਈ ਲੋਕ ਬਹੁਤ ਕੁਝ ਕਰ ਰਹੇ ਨੇ ਚਲੋ ਮੈਨੂੰ ਲੱਗਦਾ ਹੈ ਕਿ ਹਰ ਇਨਸਾਨ ਨੂੰ ਹੁੰਦਾ ਕਿ ਅੱਗੇ ਪਲੇਟ ਪਲੈਟਫਾਰਮ ਕੱਟੁੰਦੇ ਸੀ ਹੁਣ ਜ਼ਿਆਦਾ ਪਲੈਟਫਾਰਮ 'ਤੇ ਆਪਣਾ ਟੈਲੈਂਟ ਦਿਖਾਉਣ ਦੇ ਕਿ ਲੋਕ ਕਮਾਲ ਦੀ ਸੀਰੀਅਸਲੀ ਕਮਾਲ ਦੀ ਕਲਾਕਾਰੀ ਕਮਾਲ ਦੇ ਡਾਂਸਰ ਜਿਹੜੇ ਤੁਹਾਡਾ ਦਿਲ ਖੁਸ਼ ਹੋ ਜਾਊਗਾ ਉਹਨਾਂ ਦਾ ਡਾਂਸ ਦੇਖ ਕੇ ਉਹਨਾਂ ਦੀ ਅਦਾਕਾਰੀ ਉਹਨਾਂ ਦੀ ਕਾਮੇਡੀ ਸੀਨਸ ਦੇਖ ਕੇ ਪਰ ਜਿਹੜੇ ਲੋਕ ਪਹਿਲਾਂ ਆਪ ਨਮੂਨੇ ਬਣਦੇ ਇੱਕ ਬਿਗ ਪੋਸਟ 'ਚ ਵੀ ਤਾਂ ਆਇਆ ਸੀ ਪਤਾ ਨਹੀਂ ਉਹਦਾ ਕੀ ਨਾਮ ਹੈ ਉਹ ਬਹੁਤ ਪੁੱਟੀਆਂ ਪੁੱਟੀਆਂ ਗੱਲਾਂ ਕਰਦਾ ਬੜਾਈ ਬੋਲਦਾ ਮੈਨੂੰ ਹੁਣ ਉਹਦਾ ਨਾਮ ਭੁੱਲ ਚੁੱਕੀ ਆ ਆ ਦੀਪਕ ਦੀਪ ਪਤਾ ਨਹੀਂ ਮੈਨੂੰ ਯਾਦ ਨਹੀਂ ਆ ਔਰ ਉਹਨੂੰ ਫੇਰ ਬਾਅਦ ਵਿੱਚ ਬਿੱਗ ਬਾਸ ਤੇ ਪਹਿਲੇ ਦੂਸਰੇ ਤੀਸਰੇ ਦਿਨ ਹੀ ਕੱਢ ਦਿੱਤਾ ਗਿਆ ਸੀ ਉਹ ਲਾਸਟ ਸੀਜ਼ਨ ਦੇ ਵਿੱਚ ਸੀਗਾ ਉਹ ਨਾ ਜੀ ਹਾਂ ਦੀਪਕ ਜੈ ਨਾਮ ਨਹੀਂ ਮੈਨੂੰ ਨਹੀਂ ਪੂਰੇ ਤਰੀਕੇ ਨਾਲ ਉਹਦਾ ਨਾਮ ਯਾਦ ਚਲੋ ਜੋ ਵੀ ਆ ਦੇਖੋ ਕਿੰਨਾ ਫੇਮਸ ਹੈ ਹਮ ਹਾਂ ਹਰ ਇਨਸਾਨ ਚਲੋ ਕਮੇਡੀ ਹੈ ਕਿ ਲੋਕ ਸੱਚਮੁੱਚ ਕਮੇਡੀ ਕਰਦੇ ਨੇ ਉਹਨਾਂ ਦੀ ਕਮੇਡੀ ਵਾਜਵ ਹੈ ਹੁਣ ਤੁਸੀਂ ਦੇਖੋ ਕਿ ਜਿਹੜੇ ਉਹ ਪਾਕਿਸਤਾਨ ਦੇ ਨੇ ਗੋਗਾ ਗੋਗਾ ਨਾਂ ਨੈਚੁਰਲ ਕਮੇਡੀਆ ਕੋਈ ਪੁੱਠੀਆਂ ਚੀਜ਼ਾਂ ਨਹੀਂ ਕਰਦੇ ਫਿਰ ਵੀ ਉਹ ਕਿੰਨੇ ਸੋਹਣੇ ਲੱਗਦੇ ਨੇ ਆਪਣੇ ਪੰਜਾਬ ਦੇ ਕਈ ਸੋਸ਼ਲ ਮੀਡੀਆ ਤੇ ਹੈ ਜਿਹੜੇ ਕਮੇਡੀ ਕਰ ਰਹੇ ਨੇ ਕਿੰਨੇ ਹਿੱਟ ਨੇ ਉਹ ਪਰ ਸੱਚੀ ਪੁੱਠੀਆਂ ਹਰਕਤਾਂ ਵਾਲੇ ਹਿੱਟ ਕਿਵੇਂ ਹੋ ਜਾਂਦੇ ਆ ਮੈਂ ਮੇਕਅਪ ਦੀ ਗੱਲ ਕਰਾਂ ਤੇ ਲੋਕੀ ਮੇਕਅਪ ਚਲੋ ਅਸੀਂ ਕਰਦੇ ਆ ਕਈ ਅੱਛੇ ਅੱਛੇ ਸਿਖਾਉਂਦੇ ਵੀ ਨੇ ਬਹੁਤ ਵਧੀਆ ਮੈਨੂੰ ਅਸਲ ਕੋਈ ਸਮਝ ਆਇਆ ਜਿਹੜਾ ਮੇਕਅਪ ਉਹਦੇ ਲਈ ਛੋਟਾ ਦਿੰਦਾ ਸਾਰਾ ਐਦਾਂ ਕਰਕੇ ਮੂੰਹ ਗੰਦਾ ਕਰਕੇ ਪੇਸਟ ਲਗਾ ਕੇ ਉਹਦੇ ਵਿੱਚ ਸਾਬਿਤ ਕੀ ਕਰਨਾ ਜਾਂਦਾ ਮੈਨੂੰ ਐਸਾ ਕੋਈ ਉਹਨਾਂ ਦਾ ਮੋਟਿਵ ਹੀ ਨਹੀਂ ਸਮਝ ਆਇਆ ਇੱਕ ਕੁੜੀ ਨੂੰ ਮੈਂ ਦੇਖਿਆ ਉਹ ਮੇਕਅਪ ਕਿਤੇ ਨਾ ਕਰ ਰਹੀ ਹੈ ਉਹ ਪੇਂਟ ਕਰਨ ਵਾਲਾ ਬਰਸ਼ ਨਹੀਂ ਹੁੰਦਾ ਆ ਦਿਵਾਰਾਂ ਨੂੰ ਹਿੱਟ ਹੋਣ ਲਈ ਨਾ ਉਹਦੇ ਨਾਲ ਉਹ ਇੱਥੇ ਫਾਊਂਡੇਸ਼ਨ ਲਗਾ ਰਹੀ ਸੀ ਕੋਈ ਘਰੇ ਰਹਿਿਆ ਨਾ ਜਾਏ ਉਹ ਪਾਂਡੇ ਮੱਝ ਨੂੰ ਵਾਲਾ ਜਿਹੜਾ ਹੁੰਦਾ ਹੈ ਨਾ ਉਹਦੇ ਨਾਲ ਉਹ ਇੱਥੇ ਉਹ ਬਲਸ਼ਰ ਲਗਾ ਰਹੀ ਸੀ ਟੂਥਪੇਸ ਨਾਲ ਆਈਬ੍ਰੋ ਸੈਟ ਕਰ ਰਹੀ ਸੀ ਟੂਥਪੇਸ ਬਰਸ਼ ਦੇ ਨਾਲ ਔਰ ਔਰ ਮੇਕਅਪ ਕਰਕੇ ਬਾਅਦ ਚ ਐਦਾਂ ਆ ਗਈ ਕਿ ਮੈਂ ਉਹਦੇ ਨਾਲ ਸਭ ਦਾ ਮੇਕਅਪ ਕੀਤਾ ਅੱਛਾ ਮੇਕਅਪ ਸੋਨਾ ਹੋ ਗਿਆ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਹੈਗਾ ਜਸਟ ਲੋਕਾਂ ਨੂੰ ਦਿਖਾਣਾ ਸੀ ਨਹੀਂ ਨਹੀਂ ਮਤਲਬ ਕਿ ਬਾਹਰ ਚ ਦਿਖਾਉਂਦੀ ਕਿ ਮੈਂ ਇਦਾਂ ਦਾ ਮੇਕਅਪ ਕੀਤਾ ਨਹੀਂ ਤੂੰ ਦੇਖੋ ਇਦਾਂ ਕੀਤਾ ਤਾਂ ਸੋਨਾ ਹੋ ਗਿਆ ਕਮਾਲ ਹੀ ਹੈ ਕਮਾਲ ਹੀ ਹੈ ਮਤਲਬ ਦੀਵਾਰ ਵਾਲੇ ਬ੍ਰਸ਼ ਕਲੀ ਵਾਲੇ ਬ੍ਰਸ਼ ਕਿਉਂ ਯੂਜ਼ ਕਰਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸੱਚਮੁੱਚ ਕਿ ਕੋਈ ਘਰੇ ਰਹੇ ਨਾ ਜਾਏ ਉਹ ਸਾਰੇ ਹੀ ਲੱਗੇ ਹੋ ਆ ਉਹ ਕਹਿੰਦੇ ਨਾ ਉਹ ਜਮਾਨਾ ਆ ਜਾਣਾ ਜਦੋਂ ਲੋਕਾਂ ਨੇ ਕਿਆ ਕਰਨਾ ਉਹ ਏ ਆਟੋਗ੍ਰਾਫ ਨਹੀਂ ਕਿਉਂਕਿ ਹੋਇਆ ਉਹ ਤੂੰ ਮਸ਼ਹੂਰ ਨਹੀਂ ਨਾ ਹੈਗਾ ਅੱਛਾ ਬਾਹਰ ਚ ਨਾ ਉਹਨਾਂ ਲੋਕਾਂ ਨੂੰ ਬਾਹਰ ਜਾ ਕੇ ਜਿੱਦਾਂ ਲੋਕੀ ਕਹਿ ਦਿੰਦੇ ਨਾ ਉਹ ਤੁਸੀਂ ਉਹ ਹੋ ਨਾ ਜਿਹੜੇ ਤੁਸੀਂ ਵੀਡੀਓ ਬਣਾਉਂਦੇ ਹਾਂ ਬਸ ਬਸ ਫਿਰ ਉਹ ਉਸ ਚੀਜ਼ ਦੀ ਵੀਡੀਓ ਵੀ ਬਣਾਉਂਦੇ ਦੇਖੋ ਸਾਡੀ ਕਿਡਨੀ ਫੈਂਕ ਵੋਲਵਿੰਗ ਹੈ ਬਲੌਗਰਸ ਤਾਂ ਜਿਹੜੇ ਚਲੋ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰ ਵੀ ਬਲੌਗਿੰਗ ਕਰਦੇ ਕਿੰਨੇ ਵਧੀਆ ਚੀਜ਼ਾਂ ਦਿਖਾਉਂਦੇ ਨੇ ਕਈ ਤਾਂ ਉੱਠਦੇ ਆ ਦੇਖੋ ਮੈਂ ਬ੍ਰਸ਼ ਤੇ ਪੇਸਟ ਲਾ ਲਈ ਆ ਦੇਖੋ ਮੈਂ ਬ੍ਰਸ਼ ਮੂੰਹ ਚ ਪਾ ਲਿਆ ਇਹ ਕੀਤਾ ਤਾਂ ਦੰਦ ਸਾਫ ਹੁੰਦੇ ਆ ਗਾਇਸ ਮੈਂ ਇਹ ਵਾਲੀ ਪੇਸਟ ਯੂਜ਼ ਕਰਤਾ ਹੂੰ ਔਰ ਮੇਰੇ ਡਾਕਟਰ ਨੇ ਰეკਮੈਂਡ ਕੀਤੀ ਥੀ ਤਾਂ ਇਸ ਲਈ ਇਹ ਪੇਸਟ ਮੈਂਨੇ 2 ਹਫਤੇ ਸੇ ਯੂਜ਼ ਕੀ ਹੈ ਅਬ ਮੇਰੇ ਦੰਦ ਕਿਓ ਕਿਤਨੇ ਅੱਛੇ ਹੋ ਗਏ ਅਮੈਂ ਨਾਸਤੇ ਕਰਨਾ ਵਾਲਾ ਹੂੰ ਮੇਰੀ ਮੇਡ ਨੇ ਸਭ ਕੁਝ ਬਣਾ ਦਿਆ ਹੈ ਇਹ ਵੀ ਦਸ ਰਹਾ ਜੀ ਕਿ ਮੈਂ ਕਾਦੀ ਮੈਂ ਤੁਹਾਨੂੰ ਦੱਸਦੀ ਮੈਨੂੰ ਇੱਕ ਗੱਲ ਯਾਦ ਅਚਾਨਕ ਯਾਦਾ ਹੀ ਸੋਸ਼ਲ ਮੀਡੀਆ ਦੀ ਗੱਲ ਚੱਲ ਰਹੀ ਆ ਤੁਸੀਂ ਦੇਖੋ ਦਲਜੀਤ ਜੁਮਿਆ ਵਾਲੇ ਭਾਬੀ ਨੂੰ ਮਿਲਣ ਦੇਖ ਲੋ ਇਹ ਵੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਹੀ ਸਾਹਮਣੇ ਆਇਆ ਹੈਗਾ ਭਾਬਾ ਕਿ ਸੰਸਰੀ ਖਬਰ ਹੋ ਗਈ ਸਾਡੇ ਲਈ ਤਾ ਵੀ ਦੇਖੋ ਜੁਮਿਆ ਵਾਲੀ ਭਾਬੀ ਜਿਹਨੂੰ ਅਸੀਂ ਕੋਚਣਾ ਸਮਝੀ ਕੋ ਕਿ ਸਾਡੇ ਤਾਂ ਇੱਥੇ ਕੋਲ ਹੀ ਰਹਿੰਦੀ ਐ ਅਸੀਂ ਕਦੇ ਉਹਨੂੰ ਮਿਲਣ ਦਾ ਸੋਚਿਆ ਵੀ ਨਹੀਂ ਐ ਦਲਜੀਤ ਦੋਸਾਂਝ ਵਰਗੇ ਡਿਵਲ ਕਲਾਕਾਰਾਂ ਚ ਮਿਲ ਪਾ ਬਿਰ ਮਿਲ ਰਿਹਾ ਇਸ ਵਿੱਚ ਆਪਾਂ ਵੀ ਕਹਿ ਸਕਦੇ ਆ ਕਿ ਚਲੋ ਦਲਜੀਤ ਦੋਸਾਂਝ ਡਾਊਟ ਡਾਊਟ ਹਾਂ ਇਹ ਗੱਲ ਤਾਂ ਸਾਰੇ ਮੰਨਦੇ ਨੇ ਇਹ ਗੱਲ ਨਾ ਉਸ ਵੀਡੀਓ ਚ ਵੀ ਮੈਂ ਸੁਣੀ ਆ ਕਿਤੇ ਕਿ ਉਹ ਕਹਿੰਦੇ ਕਿ ਵੱਡੇ ਵੱਡੇ ਕਲਾਕਾਰ ਕਹਿ ਦਿੰਦੇ ਅਸੀਂ ਨਹੀਂ ਤੇਰੇ ਨਾਲ ਫੋਟੋ ਖਰਾਉਣੀ ਇਹ ਤਾਂ ਸਾਰੇ ਤਾਰੀਫ ਕਰਦੇ ਨੇ ਕਿ ਦਲਜੀਤ ਦੋਸਾਂਝ ਦੇਵ ਖਰੂੜ ਹਨਾ ਇਦਾਂ ਦੇ ਜਿਹੜੇ ਕੁਝ ਕਲਾਕਾਰ ਨੇ ਉਹ ਜ਼ਰੂਰ ਮਿਲਦੇ ਨੇ ਸਤਵਿੰਦਰ ਬਿੱਟੀ ਹੋ ਗਈ ਬਹੁਤ سارے ਕਲਾਕਾਰ ਮੈਨੂੰ ਲੱਗਦਾ ਕਿ ਪੁਰਾਣੇ ਕਲਾਕਾਰ ਸੇਨਾ ਉਸ ਜ਼ਿਆਦਾ ਆਡੀਅנס ਨੂੰ ਪਿਆਰ ਨਾਲ ਮਿਲਦੇ ਹੁੰਦੇ ਸੀ ਮੈਂ ਇਹ ਨਹੀਂ ਕਹਿੰਦੀ ਕਿ ਹੁਣ ਇਦਾਂ ਦੇ ਨਹੀਂ ਹੈ ਪਹਿਲਾਂ ਇਹਨੇ ਬੌਂਸਰ ਨਹੀਂ ਹੁੰਦੇ ਸੀ ਇੰਨੀਆਂ ਦਿੱਕਤਾਂ ਨਹੀਂ ਹੁੰਦੀਆਂ ਸੀ ਸੋ ਹੁਣ ਅੱਜ ਦੀ ਤਰੀਕ ਚ ਇਦਾਂ ਦੇ ਕਲਾਕਾਰ ਬਹੁਤ ਘੱਟ ਨੇ ਜਿਨ੍ਹਾਂ ਤੱਕ ਆਮ ਲੋਕਾਂ ਨੂੰ ਆ ਕੇ ਮਿਲ ਲੈਂਦੇ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਤੱਕ ਪਹੁੰਚ ਬਹੁਤ ਔਖੀ ਹੋ ਗਈ ਪਰ ਦਲਜੀਤ ਦਸਾਂਜ ਦੀ ਵਾਕਈ ਤਾਰੀਫ਼ ਵਾਲੀ ਗੱਲ ਵੀ ਹੈ ਕਿ ਉਹ ਇਦਾਂ ਨਹੀਂ ਕਰਦੇ ਕਿ ਮੈਨੂੰ ਨਹੀਂ ਬੁਲਾਉਣਾ ਤੇ ਮੈਂ ਉਹਨੂੰ ਨਹੀਂ ਬੁਲਾਉਣਾ ਪਰ ਜੁਮੇਰੇ ਭਾਬੀ ਦਾ ਫੇਮਸ ਹੋ ਗਿਆ ਨਾ ਹੋਰ ਉਹਨਾਂ ਨੂੰ ਤਾਂ ਹੋਰ ਹਵਾ ਲੱਗ ਗਈ ਨਾ ਹੁਣ ਹੁਣ ਤਾਂ ਭਾਬੀ ਨੇ ਵੀਡੀਓ ਦਰ ਅਦਰ ਬਣਾ ਰਹੀਆਂ ਨੇ ਹੁਣ ਨਹੀਂ ਛੱਡਣਾ ਕਿਉਂਕਿ ਉਹਨਾਂ ਦੀ ਵੀਡੀਓ ਦੇਖ ਕੋ 13 ਮਿਲੀਅਨ ਵਿਊ ਆਏ ਆ ਇੰਨੀ ਤਾਂ ਭਾਬੀ ਦੀ ਆਪਣੀ ਵੀਡੀਓ ਨੂੰ ਵਿਊ ਨਹੀਂ ਆਏ ਹੋਣੇ ਜਿਹਨੇ ਦਿਲਜੀਤ ਦੇ ਨਾਲ ਵੀਡੀਓ ਆ ਗਿਆ ਜਿੰਨੇ ਨੀਟੂ ਸ਼ਟਰਾਲ ਇਹਦੀ ਵੀਡੀਓ ਨੂੰ ਵਿਊ ਆਉਂਦੇ ਨੇ ਜਦ ਕਿ ਆਪਾਂ ਉਧੇ ਦੇਖੀਏ ਤਾਂ ਉਹ ਕੁਝ ਵੀ ਨਹੀਂ ਹੈ ਜੋ ਵੀ ਬੋਲਦੇ ਨੇ ਉਹ ਕੁਝ ਕੋਈ ਦੀ ਸੈਂਸ ਨਹੀਂ ਬਣਦੀ ਕਿਸੇ ਚੀਜ਼ ਦੀ ਪਰ ਫੇਰ ਵੀ ਜਦੋਂ ਸੈਲੀਬ੍ਰਿਟੀ ਹੈ ਉਹਨਾਂ ਨੇ ਉਹਨੂੰ ਪਿਆਰ ਦਿੱਤਾ ਉਹੀ ਤੁਸੀਂ ਕਹਿੰਦੇ ਜਿਹੜੇ ਪੁਰਾਣੇ ਵਾਲੇ ਸੈਲੀਬ੍ਰਿਟੀ ਲੋਕਾਂ ਨਾਲ ਆਡੀਅנס ਨਾਲ ਜੁੜਦੇ ਸੀਗੇ ਉਹਨਾਂ ਦੇ ਕੋਈ ਮਤਲਬ ਮਨ ਦੇ ਵਿੱਚ ਹੁੰਦਾ ਸੀ ਕਿ ਕੋਈ ਆਡੀਅנס ਮੇਰੇ ਪਿਆਰ ਤੋਂ ਵਾਂਝਾ ਨਾ ਰਹਿ ਜਾਏ ਕਿਤੇ ਉਹਨਾਂ ਦੇ ਮਾਈਂਡ 'ਚ ਇਹ ਗੱਲ ਨਾ ਆ ਜਾ ਕਿ ਨਹੀਂ ਇਹ ਸੈਲੀਬ੍ਰਿਟੀ ਬੜਾ ਆਕਰ ਕੋਰਾ ਹੈ ਆਟੀਟਿਊਡ ਬਹੁਤ ਐਸੇ ਨਹੀਂ ਮਿਲਣਾ ਕਿਉਂਕਿ ਜਦੋਂ ਇੱਕ ਫੈਨ ਦੇ ਅੰਦਰ ਇਹ ਗੱਲ ਆ ਜਾਂਦੀ ਉਦੋਂ ਪਿਆਰ ਬਿਲਕੁਲ ਹੀ ਟੁੱਟ ਜਾਂਦਾ ਹੈ ਬਿਲਕੁਲ ਔਰ ਮਿਲਦਾ ਹੁੰਦਾ ਕਿ ਤੁਸੀਂ ਬੜੇ ਯੂਨਾ ਲੋਕਾਂ ਕਰਕੇ ਉਹਨਾਂ ਲੋਕਾਂ ਕਰਕੇ ਹਰ ਇੱਕ ਇੱਕ ਨੂੰ ਵੀ ਜਿੰਨੇ ਸਤਿਕਾਰ ਨਾਲ ਮਿਲੋ ਤੁਸੀਂ ਉਹਨਾਂ ਘਟ ਹੈ ਕਿਉਂਕਿ ਜਦੋਂ ਸਤਿਕਾਰ ਤੁਸੀਂ ਦਿੰਦੇ ਹੋ ਨਾ ਕਿਸੇ ਨੂੰ ਤਾਂ ਫਿਰ ਵਾਕਈ ਔਰ ਜਦੋਂ ਤੁਹਾਡੇ ਅੰਦਰ ਇਹ ਚੀਜ਼ ਆਉਣ ਲੱਗ ਪਈ ਮੈਨੂੰ ਤਾਂ ਫਲਾਣਾ ਵੀ ਪਤਾ ਉਹ ਮੈਨੂੰ ਤਾਂ ਫਲਾਣਾ ਵੀ ਇਦਾਂ ਮੈਂ ਤਾਂ ਫਲਾਣਾ ਵੀ ਉਦਾਂ ਫਿਰ ਉਹ ਤੁਹਾਡੇ ਅੰਦਰ ਉਹ ਪਤਾ ਲੱਗਣ ਲੱਗ ਜਾਂਦਾ ਕਿ ਨਹੀਂ ਮਤਲਬ ਕਿ ਹਲੇ ਨਿਮਰਤਾ ਦੀ ਘਾਟ ਜਿਹੜੀ ਹੈ ਉਹ ਬਹੁਤ ਹੈ ਨਿਮਰਤਾ ਨਹੀਂ ਹੈ ਤੁਹਾਡੇ ਅੰਦਰ ਸਾਹਮਣੇ ਵਾਲੇ ਦੇ ਲਈ ਸਤਿਕਾਰ ਦੀ ਜਗ੍ਹਾ ਤੁਹਾਡੇ ਅੰਦਰ ਹੰਕਾਰ ਜ਼ਿਆਦਾ ਕਿ ਮੇਰੀ ਤਾਂ ਪਹੁੰਚ ਹੀ ਬਹੁਤ ਆ ਮੇਰਾ ਤਾਂ ਮੈਂ ਤਾਂ ਆਡੀਅנס ਮੇਰੀ ਮੈਂ ਤਾਂ ਮਤਲਬ ਹਿੱਟ ਬਹੁਤ ਮੇਰੀਆਂ ਤਾਂ ਫਿਲਮਾਂ ਬਹੁਤ ਨੇ ਮੇਰੇ ਤਾਂ ਗਾਣੇ ਬਹੁਤ ਨੇ ਇੱਕ ਦੋ ਵੀਡੀਓ ਵਾਇਰਲ ਹੋਣਾ ਕੁਝ ਲੋਕਾਂ ਦੇ ਅੰਦਰ ਅਹੰਕਾਰ ਇਹ ਨਾ ਆ ਜਾਂਦਾ ਕਿ ਅਸੀਂ ਬਹੁਤ ਜ਼ਿਆਦਾ ਹੋ ਚੁੱਕੇ ਹਾਂ ਹੁਣ ਸਾਡੀ ਇੱਕ ਫਿਲਮ ਦੇ ਨਾਲ ਹੀ ਕਈ ਇੰਨਾ ਅਹੰਕਾਰ ਆ ਜਾਂਦਾ ਪੁੱਛਦੇ ਨਹੀਂ ਕਿਸੇ ਨੂੰ ਕਿੰਨੀਆਂ ਵੀਡੀਓ ਸੀ ਸੈਲੀਬ੍ਰਿਟੀਜ਼ ਦੀ ਹੋਰ ਵੀ ਦੇਖਦੇ ਆ ਬਾਲੀਵੁੱਡ ਦੇ ਕਲਾਕਾਰਾਂ ਦੇ ਮੈਂ ਦੇਖੇ ਆ ਜਿਹੜੇ ਉਹਨੂੰ ਪੁੱਛੇ ਪਿੱਛੇ ਹੋ ਪਿੱਛੇ ਹਟ ਕੇ ਹੀ ਆਉਂਦੇ ਨਾ ਉਹ ਕਈ ਤਾਂ ਸੈਲੀਬ੍ਰਿਟੀ ਇਦਾਂ ਦੇ ਜਿਨ੍ਹਾਂ ਦੇ ਪਰ ਫੈਨਸ ਨੂੰ ਥੱਪੜ ਤੱਕ ਮਾਰੇ ਹੋਏ ਆ। ਉਹ ਇਹ ਵੀਡੀਓ ਸੀ ਆਪਾਂ ਦੇਖਿਆ ਉੱਥੋਂ ਫਿਰ ਫੈਨਸ ਦੇ ਦਿਲ ਦੇ ਵਿੱਚ ਕੀ ਅਸਰ ਹੁੰਦਾ ਬਾਕੀ ਫੈਨਸ ਉੱਤੇ ਅਸਰ ਆਉਂਦਾ ਕਿ ਅੱਜ ਬਾਅਦ ਇਹ ਇਨਸਾਨ ਨੂੰ ਨਹੀਂ ਮਿਲਣਾ ਨਾ ਦੇ ਆਸ-ਪਾਸ ਕਦੀ ਜਾਣਾ ਹੀ ਹੈ। ਪ੍ਰੋਗਰਾਮ ਚੁਗਲੀ ਸੈਂਟਰ ਦੇ ਵਿੱਚ ਆਪਣੀ ਗੱਲਬਾਤ ਚੱਲ ਰਹੀ ਸੀ ਨਾ ਹੁਣ ਸੈਲੀਬ੍ਰਿਟੀਆਂ ਨੂੰ ਲੈ ਕੇ। ਅੱਛਾ ਕਈ ਵਾਰੀ ਨਾ ਕੁਝ ਜਿਹੜੇ ਲੋਕ ਨੇ ਉਹ ਵੀ ਮੈਂ ਦੇਖਿਆ 에어ਪੋਰਟ ਦੇ ਉੱਤੇ ਬੜਾ ਜੀਵਜਾ ਬਿਹੇਵੀਅਰ ਕਰਦੇ ਸੈਲੀਬ੍ਰਿਟਿਸ ਆਹ ਇਨਸਾਨ ਵੀ ਸਾਡੇ ਕੋਲੋਂ ਲੰਘ ਰਿਹਾ ਉਸਦੀ ਬਾਹ ਫੜ ਕੇ ਉਸ ਨੂੰ ਖਿੱਚਣਾ ਹੁਣ ਤੁਸੀਂ ਜਾ ਰਹੇ ਹੋ ਮੈਂ ਤੁਹਾਨੂੰ ਬੁਲਾਉਣ ਦੀ ਜਗ੍ਹਾ ਥੋੜੀ ਬਾਹ ਫੜ ਕੇ ਤੁਹਾਡੀ ਟੀ-ਸ਼ਰਟ ਦਾ ਤੁਸੀਂ ਮੈਨੂੰ ਐਂ ਫੜ ਕੇ ਖਿੱਚੋ ਕਿੰਨਾ ਅਜੀਬ ਲੱਗਦਾ ਇਰੀਟੇਟ ਕਰ ਦਿੰਦਾ ਆ ਆਬਵੀਅਸ ਗੁੱਸਾ ਛੇੜਾ ਦਿੰਦਾ ਉਹ ਤਾਂ ਕਿਸੇ ਨੂੰ ਵੀ ਮੈਂ ਕਿੰਨੀ ਘਰੇ ਵੀ ਕੋਈ ਆਪਾਂ ਨੂੰ ਇਦਾਂ ਖਿੱਚ ਕੇ ਬੁਲਾਏ ਨਾ ਇਹ ਕੁਦਰਤੀ ਚੀਜ਼ ਆ ਸੋ ਸਾਨੂੰ ਵੀ ਥੋੜਾ ਸੋਚਣਾ ਚਾਹੀਦਾ ਕਿ ਸਾਹਮਣੇ ਵਾਲੇ ਦੇ ਨਾਲ ਅਸੀਂ ਕਿਦਾਂ ਟ੍ਰੀਟ ਕਰਨਾ ਇਹ ਵੀ ਚੀਜ਼ ਹੋਣੀ ਚਾਹੀਦੀ ਆ ਪਰਮਿਸ਼ਨ ਬਹੁਤ ਜ਼ਿਆਦਾ ਜ਼ਰੂਰੀ ਇਹਦੇ ਵਿੱਚ ਪਹਿਲਾਂ ਪਰਮਿਸ਼ਨ ਮੰਗੋ ਅਗਰ ਉਹ ਤੁਹਾਨੂੰ ਅਲੋਗ ਕਰ ਰਹੇ ਨੇ ਐਸੇ ਹੁੰਦੇ ਹੀ ਨੇ ਕਿੰਨੇ ਸਾਰੇ ਸੈਲੀਬ੍ਰਿਟੀਵਾ ਦੇਦੇ ਆਰਪੋਰਟ ਤੇ ਉਸ ਤੋਂ ਉਹੀ ਜ਼ਬਰਦਸਤੀ ਕਰਕੇ ਜਾਨ ਕੇ ਟੁੱਟ ਪੈਣਾ ਉੱਪਰ ਖਿੱਚੀ ਜਾਣਾ ਉਹਨੂੰ ਉਹਦੀ ਬਾਹ ਖਿੱਚੀ ਜਾਣੀ ਜ਼ਬਰਦਸਤੀ ਕਰਨਾ ਮੈਂ ਤੁਹਾਨੂੰ ਕੋਲੇਜ ਦਾ ਕਿੱਸਾ ਸੁਣਾਉਂਦੀ ਸੱਚ ਮੈਨੂੰ ਯਾਦ ਆ ਗਿਆ ਆਪਣੇ ਜਲੰਧਰ ਦੇ ਕੋਲੇਜ ਕੋਲੇਜ ਇੱਕ ਫੇਮਸ ਹੈ ਨਾ ਕੁੜੀਆਂ ਦਾ ਤੇ ਉਹਦੇ ਵਿੱਚ ਇੱਕ ਵਾਰੀ ਸੈਲੀਬ੍ਰਿਟੀ ਆ ਜਾਂਦੇ ਪੰਜਾਬੀ ਸੈਲੀਬ੍ਰਿਟੀ ਸਿੰਗਰ ਸੀਗੇ ਉਹੀ ਆਏ ਸੀਗੇ ਉਹਨਾਂ ਦੀ ਪਹਿਲੀ ਫਿਲਮ ਆਈ ਹੋਣੀ ਹੈ ਉਹਦੀ ਪ੍ਰੋਮੋਸ਼ਨ ਲਈ ਆ ਗਏ ਜੀ ਤੇ ਕੁੜੀ ਕੁੜੀਆਂ ਵਾਲਾ ਕਾਲਜ ਹੈ ਤੇ ਕੁੜੀਆਂ ਟੇਅਰ ਸਾਰੀਆਂ ਭਰਿਆ ਭਈਆਂ ਤੇ ਜਿੱਦਾਂ ਹੀ ਸੈਲੀਬ੍ਰਿਟੀ ਅੰਦਰ ਗਏ ਉਥੇ ਚੀਕਾਂ ਚੀਕਿਆੜਾ ਪਾਤਾ ਕੁੜੀਆਂ ਨੇ ਇੰਨਾ ਚੀਕਚਿਆੜਾ ਪਾਤਾ ਨਾ ਕਿ ਉਹ ਵੀ ਹੈਰਾਨ ਹੋ ਗਏ ਕੀ ਹੋ ਕੀ ਗਿਆ ਖੁਸ਼ ਤਾਂ ਹੋ ਗਏ ਉਹ ਕਿਉਂਕਿ ਉਹਨਾਂ ਨੇ ਇੰਨੀ ਆਡੀਅੰਸ ਕਦੀ ਨਹੀਂ ਦੇਖੀ ਤੇ ਇੰਨਾ ਚੀਕਚੜ ਆਪਣੇ ਲਈ ਕਦੀ ਨਹੀਂ ਸੁਣਿਆ ਉਹਨਾਂ ਨੇ ਮਾਈਕ ਤੇ ਵੀ ਆ ਗੱਲ ਕਹੀ ਚੇਲੋ ਉਹਨਾਂ ਨੇ ਸਭ ਕੁਝ ਕਰ ਲੈ ਗਾਣਾ ਗੁਣਾ ਸੁਣਾਏ ਕਰਕੇ ਪ੍ਰਮੋਸ਼ਨ ਕਰਦੇ ਉਹ ਵਿਚਾਰੇ ਵਾਪਸ ਆ ਰਹੇ ਸੀ ਆਪਣੀ ਗੱਡੀ ਤੱਕ ਉਹ ਉਹ ਕੁੜੀਆਂ ਨੇ ਉਹਨੂੰ ਗੱਡੀ ਤੱਕ ਨਹੀਂ ਪਹੁੰਚਣ ਦਿੱਤਾ ਇੰਨੀ ਜ਼ਿਆਦਾ ਉਹਦੇ ਨਾਲ ਖਿੱਚਤਾ ਨਹੀਂ ਕਰ ਲਈ ਅੱਛਾ ਇਹ ਚੀਜ਼ ਨਾ ਮੇਰੇ ਨਾਲ ਵੀ ਹੋਈ ਮੈਂ ਵੀ ਇਹ ਸੇਮ ਸੀਨ ਕਿਤੇ ਦੇਖਿਆ ਸੀਗਾ ਕਿ ਬਹੁਤ ساری ਆਡੀਅנס ਨੇ ਇੱਕ ਸਿੰਗਰ ਨੂੰ ਉਹਦੀ ਜੈਕਟ ਤੋਂ ਫੜ ਕੇ ਖਿੱਚ ਲਿਆ ਜੈਕਟ ਤੋਂ ਫੜ ਕੇ ਉਹ ਉਸ ਉਸੇ ਸਿੰਗਰ ਦਾ ਉਹ ਇੱਥੇ ਲੱਗਾ ਹੁੰਦਾ ਬੋਜ ਜਣਾ ਲੱਗਾ ਹੁੰਦਾ ਜਾਂ ਫਿਰ ਕਿੱਥੇ ਰੁਮਾਲ ਵੀ ਹੁੰਦਾ ਉਹ ਤੱਕ ਵਿਚਾਰੇ ਦਾ ਉਤਾਰ ਦਿੱਤਾ ਹੋਰ ਹੋਰ ਉਹ ਸਿੰਗਰ ਦਾ ਗੱਡੀ ਦੇ ਵਿੱਚ ਪੈਰ ਰੱਖਣਾ ਮੁਸ਼ਕਿਲ ਹੋ ਗਿਆ ਇੰਗੀਆਂ ਕੁੜੀਆਂ ਤੋਂ ਫਸੇ ਚੁੱਕਿਆ ਸੀਗਾ ਉੱਤੇ ਉਹ ਹੈਰਾਨ ਹੋ ਗਿਆ ਕਿ ਇੰਨੀਆਂ ਜ਼ਿਆਦਾ ਕੁੜੀਆਂ ਔਰ ਕੁੜੀਆਂ ਦੇ ਵਿੱਚ ਵਿਚਾਰਾ ਇਕੱਲਾ ਘਿਰ ਚੁੱਕਿਆ ਸੀ ਇੱਥੇ ਤਾਂ ਕਿ ਟੀਚਰਸ ਕੋਸ਼ਿਸ਼ ਕਰ ਰਹੇ ਸੀ ਬਚਾਉਣ ਦੀ ਵਿਚਾਰੇ ਨੂੰ ਪਰ ਉਹ ਬਚ ਨਹੀਂ ਪਾਇਆ ਕਿਉਂਕਿ ਕੁੜੀਆਂ ਨੇ ਉਹਦਾ ਜੈਕਟ ਔਰ ਜਿਹੜਾ ਕੋਟ ਚੋਂ ਨੂੰ ਖਿੱਚ ਦਿੱਤਾ ਸੀਗਾ ਫਿਰ ਬੜੀ ਮੁਸ਼ਕਿਲ ਕਰਕੇ ਵਿਚਾਰੇ ਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਇੰਦਾ ਵੀ ਦਿੱਕਤ ਆ ਜਾਂਦੀ ਹੈ ਕਹਿੰਦੇ ਆ ਨਾ ਕਿ ਜਦੋਂ ਕਾਲਜੇਸ ਦੇ ਵਿੱਚ ਕੋਈ ਮੋਟੀਵੇਸ਼ਨਲ ਲੈਕਚਰ ਜਾਂ ਕੋਈ ਐਜੂਕੇਸ਼ਨ ਦੇ ਨਾਲ ਲੈਕਚਰ ਹੁੰਦਾ ਬੱਚੇ ਛੁੱਟੀ ਦੇ ਹੁੰਦੇ ਨੇ ਤੇ ਜਿੱਦਣ ਕੋਈ ਇਦਾਂ ਦੇ ਸੈਲੀਬ੍ਰਿਟੀ ਨੇ ਆਉਣਾ ਹੁੰਦਾ ਉਸ ਦਿਨ ਜਿਹੜੇ ਹਮੇਸ਼ਾ ਛੁੱਟੀਆਂ ਤੇ ਰਹਿੰਦੇ ਉਹ ਵੀ ਕਾਲਜ ਹੁੰਦੇ ਨੇ ਸੋ ਮੈਨੂੰ ਲੱਗਦਾ ਮੈਕਸਿਮਮ ਕਾਲਜੇਸ ਦੇ ਵਿੱਚ ਇਹ ਦਿੱਕਤ ਆ ਬਟ ਇਹ ਸਾਡੀ ਨਾ ਮੋਰਲ ਐਜੂਕੇਸ਼ਨ ਆ ਕਿ ਸਾਹਮਣੇ ਵਾਲੇ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਟ੍ਰੀਟ ਕਰਦੇ ਜੇ ਤੁਸੀਂ ਉਹਨੂੰ ਮਿਲਣਾ ਵੀ ਚਾਹੁੰਦੇ ਹੋ ਮੈਨੂੰ ਨਹੀਂ ਲੱਗਦਾ ਕਿ ਉੱਥੇ ਉਹ ਮੰਨ ਲਓ 200 ਬੰਦੇ ਨੂੰ ਵੀ ਮਿਲ ਪਾਊਗਾ 500 ਤਾਂ ਚਲੋ ਘੱਟੋ ਘੱਟ ਗੈਦਰਿੰਗ ਹੁੰਦੀ ਹੈ ਬਟ ਮੈਂ 200 ਦੀ ਤਾਂ ਐਗਜ਼ੈਂਪਲ ਦੇ ਰਹੀਆਂ ਕਿ 50 ਬੰਦੇ ਨੂੰ ਤੁਸੀਂ ਬਰਤਬਾਰ ਮਿਲ ਲਓਗੇ ਇੱਕ ਵੇਲੇ ਤੁਸੀਂ ਕਿੰਨਿਆਂ ਨੂੰ ਮਿਲ ਲਓਗੇ ਔਰ ਕਈ ਫਿਰ ਕਹਿਣਾ ਆਪਣੀ ਤਾਂ ਝਾਕੜ ਬੜੀ ਸੀ ਉਹ ਤਾਂ ਮਿਲ ਕੇ ਹੀ ਨਹੀਂ ਗਈ ਉਹ ਤਾਂ ਮਿਲ ਕੇ ਹੀ ਨਹੀਂ ਗਿਆ ਸੋ ਡਿਪੈਂਡ ਕਰਦਾ ਹੁੰਦਾ ਮੈਨੂੰ ਲੱਗਦਾ ਸਿਚੁਏਸ਼ਨ ਤੇ ਵੀ ਜੇ ਹੁਣ ਚੁੰਮਿਆ ਵਾਲੀ ਭਾਬੀ ਬਹੁਤ ਪੀੜ ਵਿੱਚ ਮੀੜੀ ਹੁੰਦੀ ਦਲਜੀਤ ਨੂੰ ਸੋਚਣ ਵਾਲੀ ਗੱਲ ਇਹ ਹੈ ਕਿ ਚਲੋ ਵੀਡੀਓ ਤਾਂ ਆਪਾਂ ਦੇਖ ਲਈ ਐ ਪਰ ਉਹ ਮਿਲੇ ਕਿੱਦਾਂ ਹੋਣੀ ਐ ਸਾਨੂੰ ਨਹੀਂ ਪਤਾ ਕਿੱਦਾਂ ਉਹ ਵਿਚੋਰੀ ਬਚਾਰੀ ਨੇ ਕਹਿ ਕਹਿ ਕੇ ਕਿ ਆਣਾ ਮੈਨੂੰ ਮਿਲਾ ਦਿਓ ਮਿਲਾ ਦਿਓ ਮਿਲਾ ਦਿਓ ਫਿਰ ਦਲਜੀਤ ਨੂੰ ਦੀ ਵੀਡੀਓ ਤਾਂ ਪੱਕਾ ਦੇਖ ਕਿ ਕਿਉਂਕਿ ਦਰਜੀਤ ਪੰਜਾਬ ਨਾਲ ਜੁੜਿਆ ਹੈ ਚਾਹ ਕੈਨੇਡਾ ਰਵੇ ਚਾਹ ਅਮਰੀਕਾ ਰਵੇ ਉਹਨੇ ਪੰਜਾਬ ਨਾਲ ਇੱਕ ਇੱਕ ਚੀਜ਼ਾਂ ਜੁੜਿਆ ਉਹ ਜਾਣਦਾ ਹਰ ਚੀਜ਼ ਨੂੰ ਸੋ ਉਹਨਾਂ ਖਾਸ ਤੌਰ ਤੇ ਮਿਲਿਆ ਵੀ ਹੋਏਗਾ ਸੈਲੀਬ੍ਰਿਟੀ ਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਸਾਨੂੰ ਕਈ ਵਾਰ ਨਹੀਂ ਪਤਾ ਹੁੰਦਾ ਕਿਉਂਕਿ ਫਿਲਮ ਤੋਂ ਬਾਅਦ ਪ੍ਰੋਮੋਸ਼ਨ ਕਰਨਾ ਸਭ ਤੋਂ ਵੱਡਾ ਕੰਮ ਹੁੰਦਾ ਉਹਨਾਂ ਦਾ ਔਰ ਪ੍ਰੋਮੋਸ਼ਨ ਟ੍ਰਿਕਸ ਦਾ ਬਹੁਤ ਅਜੀਬ ਚਾਹੀਦੀਆਂ ਨੇ ਇੱਕ ਦਿਨ ਚ ਤਿੰਨ ਤਿੰਨ ਪ੍ਰੋਮੋਸ਼ਨਾਂ ਕਰਨੀ ਉੱਥੇ ਜਾਣਾ ਉੱਥੇ ਜਾਣਾ ਔਰ ਸਿਰਦਰਦੀ ਨਹੀਂ ਖਾਣਾ ਪੀਣਾ ਨੇ ਕਈਆਂ ਦੀ ਤਬੀਅਤ ਵੀ ਖਰਾਬ ਹੋ ਜਾਂਦੀ ਹੈ ਸੋ ਆਪਾਂ ਨੇ ਇੰਦਾ ਅੰਦਾਜ਼ਾ ਲਾ ਸਕਦੇ ਕਿ ਉੱਤੇ ਆਕਰ ਬਹੁਤ ਹੈ ਏਟੀਟਿਊਡ ਬਹੁਤ ਹੈ ਚਲੋ ਕਈਆਂ ਤੇ ਦੇਖ ਕੇ ਪਤਾ ਲੱਗ ਸਕਦਾ ਜਿਹੜੇ ਨਵੇਂ-ਨਵੇਂ ਆਏ ਹੋਣ ਜਿਨ੍ਹਾਂ ਦੀ ਪ੍ਰੋਮੋਸ਼ਨਾਂ ਵੀ ਥੋੜੀ-ਥੋੜੀ ਹੁੰਦੀ ਆ ਉਹਨਾਂ ਨਵੇਂ ਸੈਲੀਬ੍ਰਿਟੀ ਆ ਪਰ ਕਈਆਂ ਦੀ ਵਿਚਾਰੀ ਜ਼ਿੰਦਗੀ 'ਚ ਇੰਦਾ ਉਤਾਰ-ਚੜਾਵੀ ਲੱਗੇ ਰਹਿੰਦਾ ਇੱਕ ਗੱਲ ਤਾਂ ਜ਼ਰੂਰ ਆ ਤੁਸੀਂ ਚਾਹੇ ਜਿਹੜੀ ਮਰਜ਼ੀ ਫੀਲਡ ਦੇ ਵਿੱਚ ਹੋਣਾ ਹਰ ਫੀਲਡ ਦੇ ਆਪਣੇ ਚੈਲੰਜ ਨੇ ਡਾਕਟਰਸ ਨੂੰ ਪੁੱਛ ਕੇ ਦੇਖੋ ਕਿ ਇੱਕ ਗੋਲੀ ਵੀ ਇੱਧਰ ਉੱਧਰ ਹੋਈ ਕਿੱਡੀ ਔਖੀ ਜੌਬ ਆ ਤੁਸੀਂ ਕਿਸੇ ਇਨਸਾਨ ਦੀ ਜ਼ਿੰਦਗੀ ਦੇ ਨਾਲ ਉਸ ਟਾਈਮ ਖੜੇ ਹੋ ਕਿ ਇੰਜੈਕਸ਼ਨ ਮਾੜਾ ਜਾਂ ਇੱਧਰ ਉੱਧਰ ਹੋ ਗਿਆ ਕਿ ਕਿੱਡੀ ਡਿਫਿਕਲਟ ਜੌਬ ਹੈ ਨਾ ਸੋ ਪੁਲਿਸ ਨੂੰ ਪੁੱਛ ਕੇ ਦੇਖੋ ਪੁਲਿਸ ਕਹਿੰਦੀ ਜਿੰਨਾ ਪ੍ਰੈਸ਼ਰ ਸਾਡੇ ਤੇ ਆ ਪੋਲਿਟੀਕਲ ਪ੍ਰੈਸ਼ਰ ਹੈ ਐਡਮਿਨਿਸਟ੍ਰੇਸ਼ਨ ਦਾ ਪ੍ਰੈਸ਼ਰ ਹੈ ਨਾਲ ਦੇ ਨਾਲ ਕੋਈ ਗਲੀ ਮੱਲੇ ਚੋਰੀ ਵੜਿਆ ਰਹਿੰਦਾ ਕੋਈ ਤਾਲਾ ਤੋੜ ਕੇ ਲੈ ਗਿਆ ਕੋਈ ਗੇਟ ਤੋੜ ਕੇ ਲੈ ਗਿਆ ਕੋਈ ਪਾਈਪ ਤੋੜ ਕੇ ਲੈ ਗਿਆ ਪੁਲਿਸ ਕਹਿੰਦੀ ਆ ਸਾਡਾ ਆਪਣਾ ਵੱਖਰੇ ਤਰੀਕੇ ਦਾ ਪ੍ਰੈਸ਼ਰ ਆ ਟੀਚਰਸ ਨੂੰ ਪੁੱਛ ਕੇ ਦੇਖੋ ਇੰਡੀਆ ਦੇ ਵਿੱਚ ਕਹਿੰਦੇ ਤਨਖਾਹਾਂ ਹੈ ਨਹੀਂ ਬੱਚੇ ਇੰਨੇ ਨੇ ਪੜਾਉਣੇ ਕਾਲਜਾਂ ਸਕੂਲਾਂ ਵਾਲੇ ਹੋਰ ਕੰਮ ਤੁਹਾਡੇ ਤੋਂ ਲਈ ਜਾਂਦੇ ਮੀਡੀਆ ਨੂੰ ਪੁੱਛ ਕੇ ਦੇਖੋ ਉਹਨਾਂ ਨੂੰ 24 ਘੰਟੇ ਕਮੈਂਟਾਂ ਚ ਗਾਲਾਂ ਪੈਂਦੀਆਂ ਉਹਨਾਂ ਨੂੰ ਨਾੜਾਂ ਨਾਲ ਪੈਂਦੀਆਂ ਜਦੋਂ ਜੇ ਗਲਤੀ ਮੀਡੀਆ ਵਾਲੇ ਤੋਂ ਹੋ ਜਾਏ ਅਗਰ ਜ਼ੁਬਾਨ ਸਿੱਪ ਘਰ ਜਾਏ ਆਪ ਨੂੰ ਭਾਵਾ ਕਦੀ ਬੋਲਣਾ ਨਾ ਉਹ ਆਪ ਭਾਵਾ ਕਦੀ ਉਹ ਜਿਹੜੀ ਸਕੂਲ ਚ ਸਭਾ ਕਿਹੜੀ ਹੁੰਦੀ ਸੀ ਸ਼ਨੀਵਾਰ ਦੀ ਉਹਦੇ ਚ ਬਾਲ ਸਭਾ ਚ ਬੋਲ ਕੇ ਨਾ ਦੇਖਿਆ ਹੋਵੇ ਕਮੈਂਟ ਸੈਕਸ਼ਨ ਚ ਬੜੇ ਸਿਆਣੇ ਹੋ ਕੇ ਦੱਸੋ ਕਿ ਐਦਾਂ ਨਹੀਂ ਇਹ ਅੱਖਰ ਐਦਾਂ ਹੁੰਦਾ ਤੇ ਅੱਜਕੱਲ ਤਾਂ ਇਹ ਟ੍ਰੈਂਡ ਬਣ ਗਿਆ ਹੋਇਆ ਕਿ ਅਗਰ ਕੋਈ ਤੁਸੀਂ ਅੱਧਰ ਹੀ ਵੀਡੀਓ ਦੇਖ ਲਵੋ ਅਜੀਬੋ ਗਰੀਬ ਜੀ ਤਾਂ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਪੜਨ ਜਾਂਦੇ ਹੋ ਔਰ ਉੱਥੇ ਪਹਿਲੀ ਲਾਈਨ ਨਹੀਂ ਲਿਖੀ ਹੁੰਦੀ ਹੈ ਕਮੈਂਟ ਪੜਨ ਕੋਣ ਕੋਣ ਆਇਆ ਸੋ ਕਮੈਂਟ ਵੀ ਜ਼ਿੰਦਗੀ ਦੇ ਵਿੱਚ ਨਾ ਇਸ ਤਰ੍ਹਾਂ ਉਹ ਹਲਚਲ ਮਚਾ ਦਿੰਦੇ ਆ ਕਿਉਂਕਿ ਇੱਕ ਵੀਡੀਓ ਨੂੰ ਅਸੀਂ ਕਮੈਂਟ ਦੇ ਚੱਕਰ 'ਚ 5 ਮਿੰਟ ਦੇਖ ਲੈਂਦੇ ਆ ਕਿਉਂਕਿ ਅਸੀਂ 5 ਮਿੰਟ ਕਮੈਂਟ ਪੜਨ 'ਤੇ ਲਗਾ ਦਿੰਦੇ ਆ ਅੱਛਾ ਸੁਰਵੀ ਤੁਸੀਂ ਕਮੈਂਟ ਦੀ ਗੱਲ ਕਰ ਰਹੇ ਸੀ ਅੱਜਕੱਲ ਤੋਂ ਮੈਂ ਕਮੈਂਟ ਪੜ ਰਹੀ ਹਾਂ ਸਮ੍ਰਿਤੀ ਇਰਾਨੀ ਦੀ ਪੋਸਟ ਦੇ ਥੱਲੇ ਹੂੰ ਸਾਡੇ ਉਹ ਕੇਂਦਰੀ ਮੰਤਰੀ ਨੇ ਤੇ ਉਹਨਾਂ ਦਾ ਇਹ ਬਿਆਨ ਮਤਲਬ ਤੁਸੀਂ ਹਿਲ ਜਾਣਦੇ ਹੋ ਸੁਣ ਕੇ ਮੰਨਿਆ ਕਿ ਤੁਸੀਂ ਕਹਿੰਦੇ ਹੋ ਕਿ ਜੇ ਤੁਸੀਂ ਕਮਜ਼ੋਰ ਨਹੀਂ ਹੈਗੇ ਮਤਲਬ ਔਰਤ ਕਮਜ਼ੋਰ ਨਹੀਂ ਹੈਗੀ ਔਰਤ ਬਲਵਾਨ ਆ ਤੇ ਮੁੰਡੇ ਨੂੰ ਬੁਖਾਰ ਚੜੇ ਤੇ ਉਹ ਛੁੱਟੀ ਨਹੀਂ ਲੈਂਦਾ ਹੂੰ ਮੁੰਡੇ ਦੇ ਜਦੋਂ ਸੱਟ ਲੱਗੀ ਹੁੰਦੀ ਹੈ ਇੱਥੇ ਤਾਂ ਮਰਦਨ ਦੇ ਨਾਲ ਇਸ ਗੱਲ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ ਨਹੀਂ ਹੈ ਬਿਲਕੁਲ ਵੀ ਇਹ ਤਾਂ ਮੈਂ ਕਹਿੰਦੀ ਇਸ ਗੱਲ ਦਾ ਮੁਕਾਬਲਾ ਕਰਨ ਵਾਲੇ ਬੇਵਕੂਫ ਨੇ ਕਿ ਮਰਦ ਤਾਂ ਇਦਾਂ ਨਹੀਂ ਕਰਦੇ ਔਰਤਾਂ ਇਦਾਂ ਇਹ ਤਾਂ ਔਰਤ ਦੀ ਇੱਕ ਸੈਪਰੇਟ ਚੀਜ਼ ਆ ਸੈਪਰੇਟ ਹੈ ਤੇ ਇਹ ਚੀਜ਼ ਸਿਰਫ ਔਰਤ ਹੀ ਸਹਿ ਸਕਦੀ ਹੈ ਉਹਦੇ ਚ ਸਹਿਣ ਸਕਤੀ ਹੈ ਇਸ ਨੂੰ ਕਰਨ ਨਹੀਂ ਦੇਖੋ ਮੈਂ ਨਹੀਂ ਕਹਿੰਦੀ ਜਦੋਂ ਹੁਣ ਉਹਨਾਂ ਨੇ ਕਿਹਾ ਕਿ ਪੀਰੀਅਡਸ ਦੇ ਵਿੱਚ ਜਿਹੜੀ ਛੁੱਟੀ ਲੈਂਦੀਆਂ ਨੇ ਕੁੜੀਆਂ ਮਤਲਬ ਕਿਉਂਕਿ ਹੈਂਡੀਕੈਪ ਥੋੜੀ ਇਦਾਂ ਕਰਕੇ ਉਹਨਾਂ ਦਾ ਕੁਝ ਬਿਆਨ ਸੀ ਨਾ ਕਿ ਉਹਨਾਂ ਨੇ ਇੱਕ ਤਾਂ ਤੁਸੀਂ ਹੈਂਡੀਕੈਪ ਤੋਂ ਬੰਦਿਆਂ ਦੀ ਰਿਸਪੈਕਟ ਨਹੀਂ ਕੀਤੀ ਯਕੀਨ ਮੰਨਿਓ ਮੈਨੂੰ ਇੰਨਾ ਦੁੱਖ ਲੱਗਾ ਕਿ ਤੁਸੀਂ ਸਪੈਸ਼ਲ ਜਿਹੜੇ ਸਾਡੇ ਲੋਕ ਹੁੰਦੇ ਨੇ ਕਿਸੇ ਚੀਜ਼ ਤੋਂ ਵਾਂਝੇ ਰਹਿ ਗਏ ਨੇ ਤੁਸੀਂ ਉਹਨਾਂ ਨੂੰ ਇੱਕ ਐਡੇ ਵੱਡੇ ਚੈਨਲ ਦੇ ਉੱਤੇ ਮਤਲਬ ਕਿ ਐਡੇ ਵੱਡੇ ਪਲੈਟਫਾਰਮ ਦੇ ਉੱਤੇ ਤੁਸੀਂ ਉਹਨਾਂ ਨੂੰ ਇਦਾਂ ਯੂਜ਼ ਕੀਤਾ ਮਤਲਬ ਹੈਂਡੀਕੈਪਟ ਜਿਹੜੇ ਉਹ ਛੁੱਟੀਆਂ ਲੈਣਗੇ ਵਿਚਾਰੇ ਉਹ ਵਿਚਾਰੇ ਹੁੰਦੇ ਨੇ ਉਹ ਇਦਾਂ ਹੁੰਦੇ ਨੇ ਕਿਹੋ ਜੀ ਗੱਲ ਕਰ ਦਿੱਤੀ ਉਹਨਾਂ ਨੇ ਉਹੀ ਗੱਲ ਹੈ ਨਾ ਕਿ ਜੋ ਉਹਨਾਂ ਨੇ ਗੱਲ ਕੀਤੀ ਹੈ ਔਰ ਇੱਕ ਬਿਆਨ ਜਦੋਂ ਇੱਕ ਮੰਤਰੀ ਖਾਸ ਤੌਰ ਤੇ ਬੋਲ ਦਵੇ ਤਾਂ ਇਸ ਤਰੀਕੇ ਨਾਲ ਵਾਇਰਲ ਹੋ ਜਾਂਦਾ ਹੈ ਕਿ ਸਾਰੇ ਪਾਸੇ ਉਹਦੀ ਯਾਦਾ ਵਾਵਾ ਹੋ ਜਾਂਦੀ ਹੈ ਜਾਂ ਤਾਂ ਫਿਰ ਬੇਇੱਜ਼ਤੀ ਬਹੁਤ ਹੁੰਦੀ ਰਹਿੰਦੀ ਹੈ ਉਸਮਰੀਤੀ ਇਰਾਨੀ ਨੇ ਜੋ ਕਿਹਾ ਉਹਨੂੰ অলমোਸਟ ਇੰਡੀਆ ਦੀ ਹਰ ਲੜਕੀ ਨੂੰ ਬੁਰਾ ਲੱਗਾ ਇੱਥੇ ਤੱਕ ਕਿ ਆਪੋਜ਼ਿਟ ਪਾਰਟੀ ਵਾਲਿਆਂ ਨੇ ਤਾਂ ਚਲੋ ਉਹਨਾਂ ਨੂੰ ਮੁੱਦਾ ਹੀ ਮਿਲ ਗਿਆ ਕੋਈ ਨਾ ਕੋਈ ਕਿਸੇ ਗੱਲ ਕਰਨ ਦਾ ਬਟ ਜੋ ਬਿਆਨ ਸੀਗਾ ਇਹ ਮੈਨੂੰ ਵੀ ਬੜਾ ਦੁੱਖ ਲੱਗਾ ਸੁਣ ਕੇ ਕਿ ਉਹ ਚੀਜ਼ ਇੱਕ ਔਰਤ ਦੀ ਜ਼ਿੰਦਗੀ ਦੇ ਵਿੱਚ ਇੱਕ ਸੈਪਰੇਟ ਚੀਜ਼ ਹੈ ਜਿਸ ਨੂੰ ਬਰਦਾਸ਼ਤ ਇਕੱਲੀ ਕਰਦੀ ਹੈ ਹੈਂਡੀਕੈਪ ਕਹਿ ਦੇਣਾ ਹੈਂਡੀਕੈਪ ਕਹਿ ਦੇਣਾ ਹੋਰ ਵੀ ਜ਼ਿਆਦਾ ਬੁਰੀ ਗੱਲ ਹੈ ਤੁਸੀਂ ਉਹਨੂੰ ਪੁੱਛ ਕੇ ਦੇਖੋ ਜੋ ਹਰ ਮਹੀਨੇ ਇਸ ਚੀਜ਼ ਤੋਂ ਬਹੁਤ ਬੁਰੀ ਤਰਿਕਾ ਗੁਜ਼ਰਦੇ ਨੇ ਕੁਝ ਜਾ ਕੇ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਕੁਝ ਨਹੀਂ ਸਰਵਾਈਵ ਕਰ ਪਾਉਂਦੇ ਕੁਝ ਕਰ ਲੈਂਦੇ ਨੇ ਸੋ ਹਰ ਕਿਸੇ ਦਾ ਆਪਣਾ ਬੱਕਰਾ ਬੱਕਰਾ ਹੈ ਇਹ ਸੋਚ ਕੇ ਉਹਨਾਂ ਬਈ ਪਤਾ ਨਹੀਂ ਕਿੰਨੀਆਂ ਕੁੜੀਆਂ ਆਪਣੀ ਜ਼ਿੰਦਗੀ 'ਚ ਮੈਂ बेहोश ਹੋ ਹੋ ਕੇ ਡਿੱਗਦੀਆਂ ਜਿੱਦਾਂ ਤੁਸੀਂ ਬੁਖਾਰ ਦੇ ਨਾਲ ਡਿੱਗਦੇ ਹੋ ਕਈ ਕੁੜੀਆਂ ਤਾਂ ਮੈਂ ਇੰਜੈਕਸ਼ਨ ਲੱਗਦੇ ਦੇਖੀ ਉਹਨਾਂ ਨੂੰ ਹਸਪੀਟਲਾਈਜ਼ਡ ਹੁੰਦੀਆਂ ਦੇਖੀਆਂ ਮਤਲਬ ਉਹ ਕਹਿੰਦੇ ਨੇ ਕਿ ਜੋ ਵੀ ਉਹਨਾਂ ਨੇ ਕਿਹਾ ਸਭ ਤੋਂ ਬਾਅਦ ਜਿਹੜਾ ਵੱਡਾ ਕਮੈਂਟ ਇਸ ਟਾਈਮ ਹਰ ਜਗ੍ਹਾ ਤੇ ਉਹਨਾਂ ਦੀ ਪੋਸਟ ਦੇ ਨੀਚੇ ਹੋ ਰਿਹਾ ਇਟ ਮੀਨਸ ਫੇਰ ਤਾਂ ਬੁਖਾਰ ਦੀ ਛੁੱਟੀ ਵੀ ਬੰਦ ਕਰ ਦੇਣੀ ਚਾਹੀਦੀ ਹੈ ਚਾਹੇ ਬੁਖਾਰ ਮਰਦ ਨੂੰ ਚੜੇ ਚਾਹੇ ਔਰਤ ਨੂੰ ਚੜੇ ਬੁਖਾਰ ਦੀ ਛੁੱਟੀ ਬੰਦ ਕਰਦੇ ਹੋ ਫਿਰ ਤਾਂ ਮੈਨੂੰ ਲੱਗਦਾ ਜੇ ਕਿਸੇ ਦਾ ਸਿਰ ਦੁਖਦਾ ਹੈ ਜਾਂ ਉਸਤੇ ਸਟਮਕ ਦੇ ਵਿੱਚ ਪੇਨ ਹੁੰਦੀ ਹੈ ਤਾਂ ਉਹਨੂੰ ਵੀ ਨਹੀਂ ਛੁੱਟੀ ਮਿਲਣੀ ਚਾਹੀਦੀ ਕਿਉਂਕਿ ਦਰਦ ਤੇ ਪੀਰੀਅਡਸ ਦੇ ਵਿੱਚ ਵੀ ਉਨੀ ਹੁੰਦੀ ਆ ਨਾ ਤੇ ਫਿਰ ਤਾਂ ਉਹ ਛੁੱਟੀ ਵੀ ਬੰਦ ਕਰ ਦੇਣੀ ਚਾਹੀਦੀ ਹੈ ਸਬਰੀਤੇ ਇਰਾਨੀ ਖੁਦ ਇੱਕ ਔਰਤ ਹੈ ਔਰਤ ਹੋਣ ਦੇ ਨਾਤੇ ਉਹਨਾਂ ਨੂੰ ਐਸੀ ਗੱਲ ਕਰਨੀ ਚਾਹੀਦੀ ਸੀ ਜੋ ਬਾਕੀ ਔਰਤਾਂ ਨੂੰ ਹਿੰਮਤ ਦਿੰਦੀ ਜਾਂ ਸ਼ਕਤੀ ਦਿੰਦੀ ਇੱਕ ਕਮੈਂਟ ਹੋਰ ਬੜਾ ਵਾਇਰਲ ਹੋ ਰਿਹਾ ਇਹਦੇ ਵਿੱਚ ਉਹ ਕਿਸੇ ਨੇ ਲਿਖਿਆ ਕਿ ਜਦੋਂ ਤੁਸੀਂ ਟੀਵੀ ਸੀਰੀਅਲ ਵਾਲੀਆਂ ਨੂੰ ਮੰਤਰੀ ਬਣਾਉਂਗੇ ਤਾਂ ਇਹ ਕੁਝ ਹੋ ਤਾਂ ਇਹ ਕੁਝ ਹੈਗਾ ਸੋਚਣ ਵਾਲੀ ਗੱਲ ਹੈ ਇਹ ਸਹੀ ਕਮੈਂਟ ਗਿਆ ਹੋਰ ਬਿਲਕੁਲ ਗੱਲ ਵੀ ਸਹੀ ਹੈ ਲੋਕਾਂ ਦੀ ਕਿਉਂਕਿ ਇਹ ਗਲਤ ਗੱਲ ਕਹੀ ਗਈ ਹੈ ਇਸ ਨੂੰ ਅਸੀਂ ਕਿਸੇ ਤਰੀਕੇ ਨਾਲ ਸਹੀ ਕਹਿ ਹੀ ਨਹੀਂ ਸਕਦੇ ਕਿਉਂਕਿ ਇੱਕ ਆ ਵਾਲੀ ਜੋ ਪੇਨ ਹੁੰਦੀ ਹੈ ਉਹ ਮੈਨੂੰ ਨਹੀਂ ਲੱਗਦਾ ਕੋਈ ਜੈਂਟਸ ਇਸੇ ਨੂੰ ਸੈਨ ਕਰ ਸਕਦੇ ਚਲੋ ਆਪਾਂ ਨੇ ਮੈਂ ਤੁਹਾਨੂੰ ਤਾਂ ਸਟਾਰਟਿੰਗ ਚ ਕਿਹਾ ਸੀਗਾ ਕਿ ਆਪਾਂ ਮੁਕਾਬਲਾ ਕਰ ਹੀ ਨਹੀਂ ਸਕਦੇ ਜਿਹੜੀ ਪੇਨ ਜੈਂਟਸ ਨੇ ਦੇਖੀ ਨਹੀਂ ਹਮ ਆਪਾਂ ਉਹਦਾ ਮੁਕਾਬਲਾ ਆਪਸ ਵਿੱਚ ਕਿਦਾਂ ਕਰ ਸਕਦੇ ਆ ਦੇਖੋ ਬੁਖਾਰ ਦੇ ਵਿੱਚ ਤਕਲੀਫ ਮੈਂ ਕਹਿ ਸਕਦੀ ਆ ਕਈ ਵਾਰ ਬੁਖਾਰ ਚ ਇੰਨਾ ਜ਼ਿਆਦਾ ਸਿਰ ਦਰਦ ਹੁੰਦਾ ਹੈ ਤਾਂ ਥਰੀ ਟੁੱਟ ਜਾਂਦਾ ਹੈ ਉਹ ਤਕਲੀਫ ਹਰ ਕਿਸੇ ਨੂੰ ਹੁੰਦੀ ਹੈ ਇੱਕ ਨਾਰਮਲ ਬੰਦਾ ਛੁੱਟੀ ਲੈਂਦਾ ਜਦੋਂ ਉਹਨੂੰ ਉਲਟੀਆਂ ਲੱਗੀਆਂ ਹੁੰਦੀਆਂ ਲੈਂਦਾ ਨਾ ਤੇ ਜਦੋਂ ਪੀਰੀਅਡ ਦੇ ਵਿੱਚ ਕਈ ਕੁੜੀਆਂ ਨੂੰ ਉਲਟੀਆਂ ਲੱਗ ਜਾਂਦੀਆਂ ਜਿਨ੍ਹਾਂ ਨੂੰ ਸਰਵਾਈਕਲ ਦੀ ਮਾਈਗਰੇਨ ਦੀ ਦਿੱਕਤ ਹੁੰਦੀ ਆ ਉਹ ਲੜਕੀਆਂ ਨੂੰ ਪੀਰੀਅਡਸ ਚ ਉਲਟੀਆਂ ਲੱਗ ਜਾਂਦੀਆਂ ਤੇ ਫਿਰ ਇਹਦਾ ਮਤਲਬ ਹੈ ਕਿ ਤੁਸੀਂ ਉਲਟੀਆਂ ਵਾਲੇ ਆਮ ਬੰਦੇ ਨੂੰ ਵੀ ਛੁੱਟੀ ਦੇਣੀ ਬੰਦ ਕਰ ਦੋ ਹੈਂਡੀਕੈਪਟ ਕਹਿ ਦੇਣਾ ਇੱਕ ਤਾਂ ਮੈਂ ਸੱਚੀ ਕਹਿੰਦੀ ਸਾਡਾ ਸਤਿਕਾਰਯੋਗ ਉਹ ਲੋਕ ਨੇ ਜਿਹੜੇ ਸਾਡੇ ਤੋਂ ਵੀ ਗਾਂਹ ਕੰਮ ਕਰ ਰਹੇ ਨੇ ਉਹਨਾਂ ਦੇ ਸਰੀਰ ਦੇ ਕੋਲ ਜੰਗ ਪ੍ਰੋਪਰਲੀ ਜੇ ਕੰਮ ਨਹੀਂ ਕਰਦੇ ਤਾਂ ਕਿੰਨੀ ਉਹ ਮਿਹਨਤ ਕਰਦੇ ਤੁਸੀਂ ਐਡੇ ਵੱਡੇ ਲੈਵਲ ਤੇ ਉਹਨਾਂ ਬਾਰੇ ਇਦਾਂ ਬੋਲ ਦਿੱਤਾ ਉਹ ਆਪਣੇ ਆਪ ਨੂੰ ਇਨਾ ਕਮਜ਼ੋਰ ਨਹੀਂ ਸਮਝਦੇ ਜਿੰਨਾ ਇਹਨਾਂ ਨੇ ਕਹਿ ਕੇ ਉਹਨਾਂ ਨੇ ਕਮਜ਼ੋਰ ਨਹੀਂ ਮਾੜੀ ਗੱਲ ਹੈ ਕਿਉਂਕਿ ਅੱਜ ਸਾਡੇ ਨਾਲ ਜਿਆਦਾ ਮਿਹਨਤ ਕਰਦੇ ਇੱਕ ਬਾਹ ਨਾ ਹੋਵੇ ਜਾਂ ਲੱਤ ਨਾ ਹੋਵੇ ਕੁਝ ਕਿਸੇ ਵੀ ਤਰੀਕੇ ਦੇ ਨਾਲ ਉਹ ਕੰਮ ਕਰ ਰਹੇ ਨੇ ਹਾਂ ਆਪਣੇ ਆਪਣੇ ਕਾਬਿਲ ਕਾਬਿਲਿਟੀ ਅਕੋਰਡਿੰਗ ਉਹ ਓਲੀ ਚੀਜ਼ ਕਰ ਵੀ ਰਹੇ ਮੈਂ ਖੁਦ ਦੇਖਿਆ ਸਾਡੇ ਹੀ ਸ਼ਹਿਰ ਦੇ ਵਿੱਚ ਤਿੰਨ ਭੈਣਾਂ ਨੇ ਉਹ ਜੋ ਕਿ ਬਹੁਤ ਕਿਸੇ ਬਿਮਾਰੀ ਕਰਕੇ ਨਾ ਵਿਚਾਰੀਆਂ ਬਹੁਤ ਜ਼ਿਆਦਾ ਛੋਟੀਆਂ ਰਹਿ ਗਈਆਂ ਉਹਨਾਂ ਦੀ ਹਾਈਟ ਵੀ ਬਹੁਤ ਛੋਟੀ ਹੈ ਇੰਨੀ ਕਿ ਬਹੁਤ ਜ਼ਿਆਦਾ ਛੋਟੀ ਹਾਈਟ ਹੈ ਔਰ ਉਹ ਚੱਲ ਫਿਰ ਵੀ ਪ੍ਰੋਪਰ ਨਹੀਂ ਸਕਦੀਆਂ ਕੋਈ ਇੱਕ ਦਿੱਕਤ ਜਾਂ ਬਿਮਾਰੀ ਹੋ ਗਈ ਜਿਸ ਕਰਕੇ ਉਹ ਸਭ ਇਦਾਂ ਹੋ ਗਿਆ ਔਰ ਤਿੰਨੋਂ ਇੱਕੋ ਜੀ ਹੈ ਉਹਨਾਂ ਤਿੰਨਾਂ ਪੈਨਾਂ ਨੇ ਹਿੰਮਤ ਰੱਖੀ ਹੈ ਹੌਂਸਲਾ ਰੱਖ ਕੇ ਕੋਸਮੈਟਿਕ ਦੀ ਦੁਕਾਨ ਪਾਈ ਹੈ ਸੜਕ ਦੇ ਕਿਨਾਰੇ ਪਾਈ ਹੈ ਔਰ ਕਿਸੇ ਵੀ ਤਰੀਕੇ ਛੋਟਾ ਮोटा ਸਮਾਨ ਦੇ ਦਿੰਦੀਆਂ ਵੇਚ ਦਿੰਦੀਆਂ ਸਰਕਾਰ ਤੋਂ ਉਹਨਾਂ ਨੇ ਗੁਹਾਰ ਵੀ ਲਗਾਈ ਕਿ ਉਹਨਾਂ ਦੀ ਮਦਦ ਕੀਤੀ ਜਾਏ ਪਰ ਸਰਕਾਰ ਕਈ ਵਾਰ ਨਹੀਂ ਸੁਣਦੀ ਕਿਉਂਕਿ ਉਹਨਾਂ ਲਈ ਇਹ ਇਨਸਾਨ ਕਈ ਵਾਰ ਕੋਈ ਮਾਇਨੇ ਨਹੀਂ ਰੱਖਦੇ ਜਾਂ ਫਿਰ ਧਿਆਨ ਨਹੀਂ ਦਿੱਤਾ ਜਾਂਦਾ ਔਰ ਉਹ ਵਿਚਾਰੀਆਂ ਛੋਟੇ ਛੋਟੇ ਚੀਜ਼ਾਂ ਨੂੰ ਵੇਚ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰ ਰਹੀਆਂ ਨੇ ਜਦ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਗਾਹਕ ਵੀ ਇੰਨਾ ਨਹੀਂ ਆਂਦਾ ਤੁਸੀਂ ਦੇਖੋ ਕਈ ਵਾਰੀ ਕਿੱਦੇ ਲਿਫਟ ਲੱਗੀ ਹੁੰਦੀ ਨਾ ਆਮ ਤੋਂ ਮਤਲ ਮਤਲਬ ਕਿ ਆਪਣੇ ਨੂੰ ਚੁਸਤ ਦਰੁਸਤ ਸਮਝਣ ਵਾਲਾ ਬੰਦਾ ਵੀ ਲਿਫਟ ਵੱਲ ਜਾਂਦਾ ਸੋਚਦਾ ਕਿ ਹਾਏ ਹੁਣ ਲਿਫਟ ਮਿਲ ਜਵੇ ਕਿ ਹੈਂਡੀਕੈਪਟ ਮੈਂ ਦੇਖੀ ਨੇ ਉਹ ਕਿਆ ਚੁਸਤੇ ਦੇ ਨਾਲ ਪੌੜੀਆਂ ਚੜਦੇ ਨੇ ਮਤਲਬ ਇੰਨਾ ਦੁੱਖ ਲੱਗਾ ਕਿ ਉਹਨਾਂ ਨੇ ਹੈਂਡੀਕੈਪਟ ਲੋਕਾਂ ਦੀ ਐਗਜ਼ੈਂਪਲ ਦਿੱਤੀ ਕਿ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਕਮਜ਼ੋਰ ਦੱਸਿਆ ਦੂਸਰਾ ਉਹਨਾਂ ਨੇ ਕਹਿੰਤਾ ਕਿ ਪੀਰੀਅਡ ਦੀ ਦਰਦ ਹੀ ਨਹੀਂ ਹੈ ਕਮਾਲ ਹੋ ਗਈ ਇਹਦਾ ਮਤਲਬ ਦੁਨੀਆ ਤੇ ਕਿਸੇ ਨੂੰ ਵੀ ਉਲਟੀਆਂ ਲੱਗਣ ਬੁਖਾਰ ਚੜੇ ਉਹਦੇ ਸਟਮਕ ਪੇਨ ਹੋਵੇ ਉਹਨੂੰ ਕਦੇ ਛੁੱਟੀ ਨਹੀਂ ਮਿਲਣੀ ਚਾਹੀਦੀ ਆਮ ਤੌਰ ਤੇ ਦਰਦ ਹੁੰਦੀ ਹੈ ਨਾ ਜਦੋਂ ਸਟਮਕ ਦੇ ਵਿੱਚ ਕਿਸੇ ਬੰਦੇ ਦੇ ਤੇ ਉਹਨੂੰ ਕਈ ਵਾਰੀ ਹਸਪੀਟਲਾਈਜ਼ ਹੋਣਾ ਪੈਂਦਾ ਡਾਕਟਰ ਉਹਦੇ ਨੱਕ ਚੋਂ ਪਾਈਪ ਪਾਉਂਦੇ ਨੇ ਜਦੋਂ ਪੇਟ ਦੀ ਦਰਦ ਨਹੀਂ ਹਟਦੀ ਅੰਦਰੋਂ ਕੁਛ ਨਾ ਕੁਛ ਘਟਣ ਦੇ ਲਈ ਸੋ ਮੈਨੂੰ ਤਾਂ ਲੱਗਦਾ ਹੈ ਕਿ ਗੱਲ ਉਹੀ ਹੋਗੀ ਜਦੋਂ ਟੀਵੀ ਸੀਰੀਅਲ ਵਾਲਿਆਂ ਨੂੰ ਮੰਤਰੀ ਬਣਾ ਦਿੱਤਾ ਤੇ ਫਿਰ ਤੁਸੀਂ ਕੀ ਸੋਚਦੇ ਹੋ ਮੈਨੂੰ ਇਦਾਂ ਲੱਗਣ ਲੱਗਿਆ ਕਿ ਮੰਤਰੀਆਂ ਲਈ ਬਿਆਨ ਦੇਣੇ ਜਿਆਦਾ ਸੋਖੇ ਹੋ ਚੁੱਕੇ ਨੇ ਕੁਝ ਵੀ ਕਹਿ ਦਿਓ ਪਹਿਲਾਂ ਜਿੱਦਾਂ ਪਹਿਲਾਂ ਵੀ ਇੱਕ ਮੰਤਰੀ ਨੇ ਬਿਆਨ ਦਿੱਤਾ ਸੀ ਔਰਤਾ ਦੇ ਕਿ ਔਰਤਾਂ ਨੂੰ ਕੋਈ ਹੋਰ ਕੰਮ ਨਹੀਂ ਆਇਆ ਸ਼ਾਇਦ ਹੁਣ ਦੁਬਾਰਾ ਸਮ੍ਰਿਤੀ ਰਾ ਸੋ ਇਹਨਾਂ ਲਈ ਬਿਆਨ ਦੇ ਨੇ ਸੋ ਕਾ ਚੁਕਿਆ ਮੈਂ ਮੈਂ ਇੱਕ ਮੁੰਡੇ ਦਾ ਕਮੈਂਟ ਪੜਿਆ ਕਹਿੰਦਾ ਉਦਾਂ ਤਾਂ ਆਪਣੇ ਆਪ ਨੂੰ ਬਹੁਤ ਸਮਝਦਿਆਂ ਆਂ ਅਸੀਂ ਤਾਂ ਬਰਾਬਰ ਦੀਆਂ ਆਂ ਅਸੀਂ ਤਾਂ ਤਕੜੀਆਂ ਆਂ ਅਸੀਂ ਤਾਂ ਐਦਾਂ ਆਂ ਮੈਂ ਮੇਰੀ ਆਦਤ ਹੈ ਮੈਂ ਕਦੇ ਕਿਸੇ ਨਾਲ ਕਮੈਂਟ ਦੇ ਵਿੱਚ ਬਹਿਸ ਨਹੀਂ ਕਰਦੀ ਹਾਂ ਕੋਈ ਫਨੀ ਹੋਵੇ ਜਾਂ ਕਲੀਅਰ ਹੋਵੇ ਫਿਰ ਉੱਥੇ ਜ਼ਰੂਰ ਹਾਸੇ ਪਾਣੇ ਜਾਂ ਕੋਈ ਗੱਲ ਕਲੀਅਰ ਕਰ ਦੇਣੀ ਇਦਾਂ ਦੀ ਬਹਿਸ 'ਚ ਮੈਂ ਕਦੇ ਹਿੱਸਾ ਨਹੀਂ ਲੈਂਦੀ ਮੈਂ ਸੋਚਿਆ ਜਿੱਦਣ 13 ਪੇਟ ਦੁਖਦਾ ਹੋ ਤੈਨੂੰ ਬੁਖਾਰ ਚੜਿਆ ਹੋ ਤੈਨੂੰ ਉਲਟੀ ਲੱਗੀ ਹੋ ਉਸ ਦਿਨ ਮੈਂ ਕਹੂੰਗੀ ਚਲ ਤੂੰ ਤਾਂ ਵੀ ਮਰਦ ਆਂ ਤੂੰ ਛੁੱਟੀ ਨਹੀਂ ਕਰਨੀ ਤੇ ਛੁੱਟੀ ਨਹੀਂ ਕਰ ਸਕਦਾ ਤੂੰ ਮਰਦ ਆਂ ਮਰਦ ਕੋ ਦਰਦ ਨਹੀਂ ਹੁੰਦਾ ਮਰਦ ਕੋ ਦਰਦ ਨਹੀਂ ਹੁੰਦਾ ਮਰਦ ਕੋ ਦਰਦ ਨਹੀਂ ਹੁੰਦਾ ਹਾਂ ਇਹ ਤਾਂ ਬਰਾਬਰਤਾ ਦੀ ਗੱਲ ਹੈ ਹੀ ਨਹੀਂ ਲੋਕ ਪਤਾ ਨਹੀਂ ਕਿਉਂ ਬੇਵਕੂਫੀ ਵਾਲੀਆਂ ਗੱਲਾਂ ਇਸ ਗੱਲ 'ਚ ਕਰ ਰਹੇ ਨੇ ਕਿਉਂਕਿ ਉਸ ਦੌਰ 'ਚ ਐਸੀ ਸਿਚੁਏਸ਼ਨ ਨਹੀਂ ਹੱਲੀ ਕਿ ਅਸੀਂ ਚੌਥੀ ਫਸੀ ਹੋਈ ਹੈ ਅੱਜ ਕੱਲ ਤਾਂ ਖਾਸ ਹੋ ਕੇ ਮਸ਼ੀਨ ਵੀ ਆਈ ਹੋਈ ਹੈ ਮਰਦਾਂ ਨੂੰ ਉਹ ਇਹਸਾਸ ਕਰਾ ਰੋ ਕਿ ਲੜਕੀਆਂ ਕਿਸ ਤਰੀਕੇ ਨਾਲ ਇਸ ਦੌਰ ਤੋਂ ਗੁਜ਼ਰਦੀਆਂ ਨੇ ਉਸ ਵਕਤ ਤੇ ਇਦਾਂ ਦੇ ਕਾਫੀ ਮਰਦ ਮੈਂ ਦੇਖਿਆ ਜਿਨ੍ਹਾਂ ਨੇ ਸਿਰਫ ਔਰ ਸਿਰਫ 2 ਸੈਕਿੰਡ ਦੇ ਵਿੱਚ ਹੀ ਹੱਥ ਖੜਾ ਕਰਤਾ ਕਿ ਇਸ ਨੂੰ ਬੰਦ ਕਰ ਦੋ ਮੈਨੂੰ ਤਾਂ ਹੋਰ ਬਰਦਾਸ਼ਤ ਨਹੀਂ ਹੋ ਰਿਹਾ ਬਿਲਕੁਲ ਔਰ ਮੈਨੂੰ ਲੱਗਦਾ ਕਿ ਆਪਾਂ ਹੋਰ ਗੱਲਬਾਤ ਕਰ ਸਕਦੇ ਪਰ ਪ੍ਰੋਗਰਾਮ ਬੰਦ ਕਰਨਾ ਪ સુરવી શર્મા તે બરુણ કોરમાનજી નું દો ઇજાઝત शुक्रिया जी शास्त्री <laughs> का